ਤੁਮਾਨੂੰ ਲੱਗਦਾ ਕਿ ਬੰਦੇ ਨੂੰ ਟੀਵੀ ਹੋ ਜਾਂਦੀ ਹੈਗਾ ਉਹਦਾ weight drop ਹੋਊਗਾ ਇਜ਼ ਇਟ ਹੈਲਦੀ ਮੇਰਾ ਚੈਲੰਜ ਹੈ ਯਾਰ ਜੇ ਤੁਸੀਂ ਆਪਣੇ ਕੈਲਰੀਜ਼ ਟਰੈਕ ਕਰਦੇ ਹੋ ਤੇ ਜੇ ਤੁਸੀਂ 8 ਘੰਟਿਆਂ ਚ ਕੈਲਰੀਜ਼ ਜ਼ਿਆਦਾ ਖਾਣ ਲੱਗੇ ਰਿਕੁਆਇਰਮੈਂਟ ਨਾਲੋਂ ਤੁਹਾਡਾ weight gain ਹੋਊਗਾ lose ਨਹੀਂ ਹੋਊਗਾ ਕਿਨੂੰ ਕਿਨੂੰ ਲੱਗਦਾ ਹੈ ਜੀ ਗਰਮ ਪਾਣੀ ਨਾਲ weight ਘਟਦਾ ਹੈਗਾ ਜਦੋਂ ਤੁਸੀਂ ਕੁਝ ਵੀ ਖਾਣੇ ਹੋ ਨਾ ਤੁਹਾਡੀ ਬੋਡੀ ਉਸਪੂਰ ਦਾ ਟੈਂਪਰੇਚਰ ਆਪਣੀ ਬੋਡੀ ਟੈਂਪਰੇਚਰ ਦੇ ਅਡਜਸਟ ਕਰਦੀ ਹੈ ਸੋ ਇਵਨ ਇਫ ਯੂ ਆਰ ਡਰਿੰਕਿੰਗ ਵਾਰਮ ਵਾਟਰ ਤਾਂ ਲੋਕੀ ਲੱਗਦਾ ਹੈ ਇੱਥੇ ਉਹ ਗਰਮ ਹੋਵੇਗਾ ਕਿਆ ਮੇਰੇ ਸਰਚ ਕਰਕੇ ਮੈਂ ਬੁੱਕ ਲਈਆ ਸਾਇੰਸ ਪ्योर ਹੈਗੇਰ ਦੇ ਵਿੱਚ ਨਹੀਂ ਸੌਖੀ ਲੈਂਗੁਏਜ ਵਿੱਚ ਲਿਖਿਆ ਮੇਰਾ ਕੰਮ ਹੋ ਗਿਆ ਖਤਮ ਅਸਲੀ ਗੱਲ ਤਾਂ ਉਦੋਂ ਬਾਅਦ ਸ਼ੁਰੂ ਹੋਈ ਉਹ ਤੁਸੀਂ ਕਹੋਗੇ ਪੇਟ ਵਾਲਾ ਘੱਟ ਖਾਣਾ ਪਊਗਾ ਇਸ ਤਰ੍ਹਾਂ ਨਹੀਂ ਹੈਗਾ ਵੋਲਿਊਮ ਆਫ ਫੂਡ ਕੈਨ ਬੀ ਮੋਰ ਬਟ ਦ ਕੈਲਰੀਜ਼ ਪ੍ਰੈਜ਼ੈਂਟ ਇਨ ਦੈਟ ਫੂਡ ਹੈਵ ਟੂ ਬੀ ਲੈਸ ਟਿੰਡਾ ਜਿਹੜੀ ਕਿੰਨੀ ਕਿੰਨੀ ਕੋ ਫਾਲੋ ਕਰਨੀ ਹੈ ਓਕੇ ਕੇ ਇਹਦੇ ਵਿੱਚ ਕੋਈ ਗਰੰਟੀ ਹੈਗੀਆ ਪੋਹਾ ਹੈ ਨਾ ਇਹਦੇ ਵਿੱਚ ਅਰੇ ਮਗਰ ਕਿਹੜੇ ਲਈ ਦੋਸਤੇ ਹੈਗੇ ਆਂ ਦੇ ਵਿੱਚ ਜਿਹੜੇ ਕਿ ਕਾਮਨ ਨੀ ਮਤਲਬ ਪ੍ਰੈਸਕ੍ਰਾਈਬ ਕੀਏ ਜਾਂਦੇ ਹਨ ਬਹੁਤ ਸਾਰੇ ਡਾਇਟੀਸ਼ਨਸ ਕੇ ਦੁਆਰਾ ਮੈਂ ਸੋਚਦਾ ਹਾਂ ਕਿ ਅਸੀਂ ਸਾਇੰਸ ਦੇ ਸਟੂਡੈਂਟ ਆ ਹਨਾ ਅਸੀਂ ਪੜਾ ਰਹੇ ਆ ਸਮਝਾ ਰਹੇ ਆ ਇੱਕ ਸਾਇੰਟੀਫਿਕ ਗੱਲ ਲਿਖੀ ਆ ਮਤਲਬ ਕੋਈ ਬੰਦਾ ਆਉਂਦਾ ਪਤਾ ਨਹੀਂ ਕਿੱਥੋਂ ਰੈਫਰੈਂਸ ਲੈ ਕੇ ਆਉਂਦਾ ਉਹ ਕੋਈ ਪ੍ਰੂਫ ਨਹੀਂ ਕੋਈ ਰਿਸਰਚ ਨਹੀਂ ਕੋਈ ਸਟੱਡੀ ਨਹੀਂ ਕੋਈ ਉਹਦਾ ਪ੍ਰੈਕਟੀਕਲ ਐਪਲੀਕੇਸ਼ਨ ਨਹੀਂ ਬਸ ਉਹ ਗੱਲਾਂ ਕਰਨੇ ਆਉਂਦੀਆਂ ਉਹਨੂੰ ਗੱਲਵਾ ਦਾ ਕੜਾ ਬਣਾਵਣਾ ਜਿਵੇਂ ਦੇ ਜਾਂਦੇ ਨੇ ਸੋਨੂੰ ਬੇਸਿਕਸ ਹੋ ਚੁੱਕਿਆ ਨਾਓ ਲੈਟਸ ਗੈਟ ਟੂ ਪ੍ਰੈਕਟੀਕਲ ਥਿੰਗਸ ਐਕਸ਼ਨ ਪਲਾਨ ਤੇ ਮੋਸਟ ਲੋਕ ਇਹ ਕਰਦੇ ਨੇ ਕਿ ਵੀ ਉਹ ਕਹਿੰਦੇ ਕਿ ਅਸੀਂ ਹੈਲਦੀ ਖਾਣਾ ਹੈਲਦੀ ਕਿਵੇਂ ਪਤਾ ਲੱਗੂਗਾ ਵੀ ਸਾਡਾ weight ਕਿੰਨਾ ਹੈਗਾ ਹਨ ਤੁਸੀਂ ਇੱਦਾਂ ਦੇਖਿਆ ਕਿ ਬਹੁਤ ਲੋਕ ਹੁੰਦੇ ਆ ਜਿਹੜੇ under weight ਹੁੰਦੇ ਆ ਬਟ ਉਹਨਾਂ ਦਾ ਬੈਨੀਫਿਟ ਐ ਨਿਕਲੇ ਹੁੰਦਾ ਮੀਲਸ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਸੋ ਨਾਟ ਨਾਟ ਦ ਪ੍ਰੈਗਨੈਂਸੀ ਕੱਲਾ ਪੇਡ ਨਿਕਲੇ ਹੁੰਦਾ ਤਾਂ ਆਪਾਂ ਕੀ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਬਈ ਉਹਦਾ ਮਤਲਬ weight ਤਾਂ ਘੱਟ ਹੀ ਹੈਗਾ ਜਾਂ weight ਦਾ ਉਹ ਜ਼ਿਆਦਾ ਨਹੀਂ ਉਸ ਤੂੰ ਠੀਕ ਹੈ ਇਦਾਂ ਹੁਣ ਮੰਨ ਲਓ ਕਿਸੇ ਬੰਦੇ ਨੂੰ ਟੀਵੀ ਹੋ ਜਾਂਦੀ ਹੈਗੀ ਆ ਉਹਦਾ no. weight no. drop ਹੋਊਗਾ ਇਜ਼ ਇਟ ਹੈਲਦੀ ਮੰਨ ਲਓ ਕਿਸੇ ਬੰਦੇ ਨੂੰ ਕੋਵਿਡ ਹੋ ਜਾਂਦਾ ਹੈਗਾ ਉਹਦਾ weight drop ਹੋ ਜਾਂਦਾ ਹੈ ਬੁੱਡ ਯੂ ਕਾਲ ਇਟ ਹੈਲਦੀ ਮੰਨ ਲਓ ਕਿਸੇ ਬੰਦੇ ਆਪ ਲੱਤ ਘਟ ਦਿੰਨੇ ਉਹਦਾ weight ਘਟ ਜਾਂਦਾ ਹੈ ਬੁੱਡ ਯੂ ਕਾਲ ਇਟ ਹੈਲਦੀ ਨੋ ਤੁਮ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਵੀ weight drop ਨਹੀਂ ਕਰਨਾ ਹੈਗਾ ਬਈ ਠੀਕ ਹੈ ਬਾਡੀ ਜੋ ਫੈਟ ਡਰਾਪ ਕਰਨਾ ਹੈਗਾ ਹੁਣ ਮੈਂ ਮੈਨੂੰ ਕਹਿਣਾ ਚਾਹੁੰਦਾ ਮੈਂ ਸੈਲਫ ਪ੍ਰੋਕਲੇਮਡ ਡਾਈਟ ਗੁਰੂਸ ਕੀ ਨਾਉਲਜ ਜਿਹੜੇ ਕਹਿੰਦੇ ਹੈਗੇ ਕਿ ਬਈ ਮਤਲਬ ਸਾਡੇ ਕੋਲ ਹੀ ਦੁਨੀਆ ਭਰ ਦੀ ਨੌਲੇਜ ਹੈ ਸਾਡੇ ਪ੍ਰੋਡਕਟ ਲਓ ਇਸੇ ਆਪ ਦਾ weight ਕਮ ਹੋਗਾ ਮੈਂ ਕਹਿੰਦਾ ਉਹਨਾਂ ਮੈਂ ਕਹਿੰਦਾ ਯਾਰ ਤੁਸੀਂ ਇਦਾਂ ਕਰੋ ਤੁਹਾਡਾ ਨਾ ਮੈਂ ਪਾਣੀ ਕਰਦਿੰਦਾ ਬੰਦ ਠੀਕ ਹੈ ਸਿਰਫ 8 ਲੀਟਰ ਪੀਣਾ ਹੈ ਤੁਹਾਡੇ ਮੈਂ ਕਾਰਬੋਹਾਈਡਰੇਟਸ ਬੰਦ ਕਰ ਦਿੰਦਾ ਤੇ ਸੌਲਟ ਬੰਦ ਕਰ ਦਿੰਦਾ ਤੇ ਤੁਸੀਂ ਸੋਨਾ ਬਾਤ ਲੈਣੋ ਪੱਡਾ ਹਫਤੇ ਦੇ ਵਿੱਚ 5 ਕਿਲੋ ਘਟ ਜਿਊਗਾ ਵੇਟ ਪਰ ਉਹਨਾਂ ਨੂੰ ਹਾਈਪੋਵੋਲੀਮਿਕ ਸ਼ੌਕ ਹੋ ਜਾਣਾ ਹੈ ਕੋਈ ਫਾਇਦਾ ਨਹੀਂ ਐਟਲੀਸਟ ਮੈਨੂੰ ਡਾਕਟਰ ਜਿਨ੍ਹੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਥੇਰ ਸ਼ੁੱਡ ਬੀ ਅ ਰਾਈਟ ਵੇ ਟੂ ਲੂਜ਼ ਯਰ ਬੋਡੀ weight that is by losing body fat ਇਹ ਗਲਤ ਬਿਆਨ ਹੈ ਠੀਕ ਹੈ ਸੋ ਮਤਲਬ ਮੈਨੂੰ ਵੀ ਇਹ ਨਾਮ ਇੱਕ ਵਨ ਆਫ ਦਾ ਇੰਡੀਕੇਟਰਸ ਹੈਗਾ ਨਾਟ ਆਫ ਦਾ ਬੈਸਟ ਇੰਡੀਕੇਟਰ ਪਰ ਇਹ ਹੈ ਕਿ ਸਾਡੇ ਕੋਲੇ ਈਜ਼ੀ ਵੇਜ ਨਾਲ ਹੈਗਾ ਜਜ ਕਰਨ ਦਾ ਉਹ ਈ ਹੈ ਕਿ ਤੁਹਾਡੀ ਆਪ ਦੇ ਹਿਸਾਬ ਨਾਲ ਜਿਹੜੀ ਹਾਈਟ ਵੇਟ ਕਿੰਨਾ ਹੋਣਾ ਸਾਰੇ ਦੇਖ ਲਓ ਇਹ ਸਾਰੇ ਸਲਾਈਡ ਬੜੇ ਧਿਆਨ ਨਾਲ ਦੇਖਦੇ ਹੁੰਦੇ ਆ ਅੱਛਾ ਇੱਕ ਹੋਰ ਇੱਥੇ ਮੈਂ ਗੱਲ ਕਰੂੰਗਾ ਇਹ ਜ਼ਰੂਰੀ ਨਹੀਂ ਹੈ ਜੀ ਜੇ ਤੁਹਾਡਾ weight 2-4 ਕਿਲੋ ਉੱਪਰ ਥੱਲੇ ਆ ਤਾਂ ਕੋਈ ਸ਼ੌਕ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਇਹ ਮੈਂ ਤਾਂ ਕਹਿ ਰਿਹਾ ਨੋਟ ਕਰ ਲਿਓ ਮਤਲਬ ਆਪਣੇ ਲਈ ਦਿਮਾਗ 'ਚ ਨੋਟ ਕਰ ਲਓ ਕਿ ਇਹ ਤੇ ਕਿਹਦੇ ਬੇਸਿਸ ਦੇ ਉੱਪਰ ਡਾਈਟ ਪਲਾਨ ਬਣਾਉਗਾ ਸੋ weight loss ਜਿਹੜਾ ਹੈਗਾ ਨਾ weight loss ਸਹੀ ਗੋਲ ਨਹੀਂ ਹੈ ਮੈਂ ਦੱਸਦਾ ਤੁਹਾਨੂੰ ਕਿਉਂ we have to decrease our body fat percentage ਹੈ ਨਾ ਉਹ ਚੀਜ਼ ਸਹੀ ਹੈ ਇੱਕ ਦਿਨ ਦੇਖਿਆ ਹੋਣਾ ਮੈਡੀਕਲ ਜਿਹੜੇ ਐਗਜ਼ਾਮੀਨੇਸ਼ਨ ਲਈ ਜਾਂਦੇ ਆ ਆਰਮੀ ਵਿੱਚ ਬੀਐਸਐਫ ਡਿਫੈਂਸ ਦੇ ਵਿੱਚ ਮੈਨੂੰ ਕਹਿੰਗੇ ਸਰ ਸਾਡਾ weight ਘਟਾਉਣਾ ਚਾਹੀਦਾ ਹੈ ਨਾ ਮਤਲਬ ਮੈਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਉਹਦੇ ਮੈਂ ਕਹਿੰਨਾ ਯਾਰ ਫੈਟ ਘਟਾਣਾ ਉਹ ਨਹੀਂ ਸਰ ਅਸੀਂ ਡਿਫੈਂਸ ਦੇ ਵਿੱਚ ਜਾਣਾ ਫਿਰ ਮੈਂ ਉਹ ਠੀਕਾ weight ਘਟਾਵਾਂਗੇ ਮਤਲਬ ਉਹ weight ਦੇ ਹਿਸਾਬ ਨਾਲ ਹੀ ਚੱਲਦੇ ਆ ਤਾਂ ਇਵਨ ਉਹਨਾਂ ਦੇ ਐਂਡ ਦੇ ਜਿਹੜੇ ਕੁਝ ਹਫ਼ਤਾ ਹੁੰਦਾ ਹੈ ਨਾ ਉਹਦੇ ਵਿੱਚ ਮੈਂ water weight ਡ੍ਰੌਪ ਕਰਾਉਣਾ ਪੈਂਦਾ ਉਹਨਾਂ ਦਾ ਪਰ ਉਹ ਵੀ ਇੱਕ ਤਰੀਕਾ ਕਈ ਲੋਕ ਮਤਲਬ ਕਈ ਕਿੰਨੇ ਦਾ ਵਾਟਰ ਡ੍ਰੌਪ ਕੀਤਾ ਹੁੰਦਾ ਜਦੋਂ ਵਿੰਗ ਸਕੀਲ ਦੇ ਉੱਪਰ ਖੜਦੇ ਹੋਏ ਹੋਸ਼ ਹੋ ਜਾਂਦੇ ਉੱਤੇ ਹੈਗੇ ਠੀਕ ਹੈ ਸੋ ਉਹ ਵੀ ਨਹੀਂ ਕਰਨਾ ਹੈਗਾ ਆਪਾਂ ਤਾਂ ਹਮੇ ਉਹ ਗੱਲ ਕਰ ਰਹੀ ਬੈਲੀ ਫੈਟ ਹੁੰਦਾ ਕਈ ਨਾ ਨੋਰਮਲ ਇੰਡੀਆ ਚ ਬਹੁਤ ਨਹੀਂ ਪ੍ਰੋਬਲਮ ਹੈ ਖਾਸ ਕਰਕੇ ਮੈਂ ਗੱਲ ਕਰਾਂ ਯੂਪੀ ਬਿਹਾਰ ਸਾਈਡ ਬਿਕਾਉਂਕੋ ਕੀ ਖਾਂਦੇ ਸਿਰਫ ਤੇ ਸਿਰਫ ਚਾਵਲ ਹੁੰਦੇ ਉਹਨਾਂ ਕੋਲ ਖਾਣ ਲਈ ਹੈ ਨਾ ਤਾਂ ਜ਼ਿਆਦਾਤਰ ਹੈ ਨਾ ਜਿਵੇਂ ਮੈਂ ਗੱਲ ਕਰਾਂ ਤਾਂ ਉਹ ਪ੍ਰੋਬਲਮ ਹੁੰਦੀ ਹੈ ਸੋ ਟੂ ਪੀਪਲ ਵਿਦ ਸਿਮਿਲਰ weight ਐਂਡ height ਕੈਨ ਲੁੱਕ ਐਂਟਾਇਰਲੀ ਡਿਫਰੈਂਟ ਆਹ ਨੂੰ ਦੇਖੋ ਦੋ ਬੰਦੇ ਸੇਮ ਹੈ ਮੈਂ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਇਸ ਤਰ੍ਹਾਂ ਦੇ ਬਣ ਜਾਓ ਮੈਂ ਨਹੀਂ ਕਹਿ ਰਿਹਾ ਮੈਂ ਜਸਟ ਇਹ ਦੱਸ ਰਿਹਾ ਕਿ ਅਪੀਅਰੈਂਸ ਟੋਟਲੀ ਡਿਫਰੈਂਟ ਹੋ ਸਕਦੀ ਹੈ ਵਾਈ ਦਿਸ ਹੈਪਨਸ ਯੂ نو ਹੁਣ ਮੇਰੇ ਮਨ ਨੂੰ ਇੱਕ ਹੱਦ ਦੇ ਵਿੱਚ 1 ਕਿਲੋ ਰੂਹ ਹੈ ਤੇ ਇਸ ਹੱਦ ਦੇ ਵਿੱਚ 1 ਕਿਲੋ ਲੋਹਾ ਹੈਗਾ ਕਿਹੜੀ ਚੀਜ਼ ਜ਼ਿਆਦਾ ਸਪੇਸ ਆਕਿਪਾਈ ਕਰੂਗੀ ਰੂਹ ਠੀਕ ਹੈ ਸੋ ਫੈਟ ਇਜ਼ ਲਾਈਕ ਕਾਟਨ ਤੇ ਮਸਲ ਇਜ਼ ਲਾਈਕ ਆਇਰਨ ਠੋਸ ਹੈ ਉਹ ਡੈਂਸ ਹੈ ਗਿਆ ਸੋ ਜੇ ਤੁਸੀਂ ਮਸਲ ਇਵਨ ਮੈਂ ਫੀਮੇਲਸ ਨੂੰ ਸਪੈਸ਼ਲੀ ਇਹ ਗੱਲ ਕਹੂੰਗਾ ਕਿ ਜੇ ਤੁਸੀਂ ਜਿਮ ਜਾਂਦੇ ਹੋ ਤੇ weights ਚੱਕਦੇ ਹੋ ਤੇ heavy ਚੱਕਦੇ ਹੈਗੇ ਹੋ ਹੈਨਾ ਤਾਂ ਤੁਹਾਡਾ ਮਸਲ ਜੇ ਗੇਨ ਹੁੰਦਾ ਤੇ ਡਾਈਟ ਸਹੀ ਹੈ ਫੈਟ ਤੁਹਾਡਾ ਲੂਜ਼ ਹੁੰਦਾ ਮਸਲ ਗੇਨ ਹੁੰਦਾ ਫੈਟ ਲੂਜ਼ ਹੁੰਦਾ ਤੁਹਾਡੀ ਅਪੀਅਰੈਂਸ ਫਾਰ ਬੈਟਰ ਹੋਊਗੀ ਫਾਰ ਬੈਟਰ ਮੇਰੇ ਵਾਈਫ ਹੈ ਗਿਆ ਮਤਲਬ ਇਹ ਕਈ ਮਤਲਬ ਮਸ਼ੀਨਸ ਦੇ ਉੱਪਰ ਸੌ ਸੌ ਗੱਲ ਨੂੰ ਆਮ ਹੀ ਚੱਕ ਦਿੰਦੇ ਕੋਈ ਖਾਸ ਗੱਲ ਨਹੀਂ ਹੈਗੀ ਤੇ ਕੀ ਮਤਲਬ ਬੋਡੀ ਬਿਲਡਰ ਲੱਗ ਰਹੇ ਹੋ ਕਿਸੇ ਨੂੰ ਇਹਦਾ ਕੋਈ ਗੁਸ਼ ਨਹੀਂ ਹੈ ਹਾਂ ਠੀਕ ਹੈ ਜਿਹੜੇ ਪ੍ਰੋਫੈਸ਼ਨਲ ਐਥਲੀਟਸ ਨੇ ਉਹ ਸਟੀਰੋਇਡਸ ਯੂਜ਼ ਕਰਦੀਆਂ ਹੈਗੀਆਂ ਤਾਂ ਉਹ ਲੱਗਣਗੇ ਵੀ ਆਪਾਂ ਸਟੀਰੋਇਡ ਯੂਜ਼ ਨਹੀਂ ਕਰ ਰਹੇ ਨੇਚਰਲ ਹੈਗੇ ਠੀਕ ਹੈ ਫੀਮੇਲ ਨੇ ਫੀਮੇਲ ਹੀ ਰਹਿਣਾ ਕਿਉਂਕਿ हां अ फीमेल देख लो ने अपने जड़ा है वेट गेन ਕੀਤਾ एक्चुअली बट शी लुक्स स्लिमर राइट क्यों वा क्योंकि मसल गेन ਕੀਤਾ ਤੇ ਫੈਟ ਲੂਜ਼ ਹੋਇਆ ਸਮਝ ਰਹੇ ਹੋ ਮਤਲਬ ਰੂ ਘਟਾ ਲਈ ਲੋਹਾ ਹੋਏ ਭਾਰ ਦਾ ਐਡ ਦੱਸਤਾ ਸਿੰਪਲ ਸੋ ਹੁਣ ਜਿਹੜੀ ਆਪਣੀ ਫਸਟ ਪ੍ਰੋਬਲਮ ਸੀ ਹੈ ਹੁਣ ਆਪਾਂ ਪਲਾਨ ਬਣ ਲਈ ਜਾ ਰਹੇ ਹਾਂ ਫਸਟ ਜਿਹੜੀ ਪ੍ਰੋਬਲਮ ਸੀ ਕੀ ਸੀ ਓਵਰ ਈਟਿੰਗ ਆਫ ਕੈਲਰੀਜ਼ ਠੀਕ ਹੈ ਸੋ ਵੀ ਆਰ ਗੋਇੰਗ ਟੂ ਰਿਵਰਸ ਇਟ ਸੋ ਦੈਟ ਬਿਕਮਸ ਦ ਫਸਟ ਰੂਲ ਆਫ ਫੈਟ ਲਾਸ ਕਿਆ ਉਹ ਦੱਸਦੀ ਨੇ ਗੱਲ ਸੋ ਆਪਾਂ ਨੂੰ ਕੈਲਰੀ ਰਿਸਟ੍ਰਿਕਟ ਕਰਨੀ ਪਊਗੀ ਬਈ ਉਹ ਤੁਸੀਂ ਕਹੋਗੇ ਕਿ ਮੈਨੂੰ ਲੋ ਘੱਟ ਖਾਣਾ ਪਊਗਾ ਇਸ ਤਰ੍ਹਾਂ ਨਹੀਂ ਹੈਗਾ ਵੋਲਿਊਮ ਆਫ ਫੂਡ ਕੈਨ ਬੀ ਮੋਰ ਬਟ ਦ ਕੈਲਰੀਜ਼ ਪ੍ਰੈਜ਼ੈਂਟ ਇਨ ਦੈਟ ਫੂਡ ਹੈਵ ਟੂ ਬੀ ਲੈਸ ਐਜਾ ਕੋਈ ਫੂਡ ਦੱਸ ਸਕਦੇ ਹੋ ਜਿਹਦੇ ਵਿੱਚ ਕੈਲਰੀਜ਼ ਘੱਟ ਹੁੰਦੀਆਂ ਤੇ ਵੋਲਿਊਮ ਜ਼ਿਆਦਾ ਹੁੰਦੀ ਆ ਠੀਕ ਹੈ ਅੱਛਾ ਸੈਲਡ ਸਰਦੀਆਂ ਦੇ ਖਾਣ ਨੂੰ ਕਿਉਂ ਨਹੀਂ ਕੀ ਕਰਦਾ ਉਹਦਾ ਕੋਈ ਸੋਲੂਸ਼ਨ ਦੱਸ ਸਕਦਾ ਤੁਹਾਡੇ ਚੋਂ ਕ੍ਰੀਏਟਿਵ ਮਾਈਂਡ ਚਲੋ ਗਰਮ ਕਰਨਾ ਮਾਈਕ੍ਰੋਵੇਵ ਦੇ ਵਿੱਚ ਨਾ ਸੈਲਡ ਦੀ ਪਲੇਟ ਨੂੰ 20 ਸੈਕਿੰਡ ਹੀ ਰੱਖ ਦਿਓ ਕਨੇਗਾ ਹੋ ਜਾਂਦਾ ਵਧੀਆ ਲੱਗਦਾ ਦੂਗਾ ਸੇਮ ਗੱਲ ਪਾਣੀ ਦੀ ਹੈਗੀ ਜਾਂ ਸੇਮ ਗੱਲ ਦਹੀਂ ਦੀ ਦੇ ਮੈਪਰਸਲੀ ਉਸ ਇਨ ਕਰਿਆ ਅੱਜਕੱਲ ਇੰਦਾ ਹੀ ਕਰਨੇ ਹੈਗੇ ਆ ਠੀਕ ਹੈ ਤਾਂ ਕੋਈ ਔਂਖਾ ਕੰਮ ਨਹੀਂ ਹੈ ਵੀ ਹਵ ਟੂ ਫਾਈਂਡ ਨਿਊ ਵੇਸ ਅਸੀਂ ਪਹਿਲਾ ਕੁਐਸਚਨ ਤਾਂ ਲੱਭਿਆ ਯਾਰ ਵੀ ਕਿਉਂ ਇੰਦਾ ਹੋ ਰਿਹਾ ਪਾਣੀ ਕਿਉਂ ਨਹੀਂ ਪੀਣਾ ਚੰਗਾ ਲੱਗ ਰਿਹਾ ਦਹੀਂ ਕਿਉਂ ਨਹੀਂ ਖਾਣਾ ਚੰਗੀ ਲੱਗ ਰਹੀ ਸੋ ਉਸ ਤੇ ਫੋਕਸ ਕਰੋ ਵਾਈਕ ਕਰ ਦੋ ਨਾ ਮੈਂ ਖਾ ਲਉ ਕੀ ਦਿੱਕਤ ਹੈਗੀ ਹੈ ਅੱਛਾ ਇੰਟਰਮੀਟੈਂਟ ਫਾਸਟਿੰਗ ਬਾਰੇ ਮੈਨੂੰ ਦੱਸ ਸਕਦਾ ਵੀ ਕੀ ਹੁੰਦੀ ਇੰਟਰਮੀਟੈਂਟ ਫਾਸਟਿੰਗ ਕੋਈ ਕਿੰਨੇ ਘੰਟੇ ਵਰਤ ਹੁੰਦਾ ਤੇ ਕਿੰਨੇ ਘੰਟੇ ਫਾਸਟਿੰਗ ਹੁੰਦੀ ਹੈ ਮਤਲਬ ਕਿੰਨੇ ਘੰਟੇ ਈਟਿੰਗ ਹੁੰਦੀ ਹੈ ਕੋਈ ਨਾ ਕੰਮ ਨਹੀਂ अच्छा के ये है, पॉसिबल हैगा कि तुसी इंटरमिटेंट फास्टिंग स्टार्ट कीती स्टार्टिंग ਤੁਹਾਡਾ weight ਘਟਣਾ ਸ਼ੁਰੂ ਹੋ ਗਿਆ ਬਿਕੋਜ਼ ਤੁਸੀਂ ਕੈਲਰੀ ਡੈਫੀਸ਼ੀਅੰਟ 'ਚ ਜਾ ਰਹੇ ਹੋ ਬਟ ਆਫਟਰ ਸਮ ਟਾਈਮ ਆਫਟਰ ਫਿਊ ਵੀਕਸ অর ਮੰਥਸ ਤੁਸੀਂ ਕੋਈ 8 ਘੰਟਿਆਂ ਦੇ ਵਿੱਚ ਜ਼ਿਆਦਾ ਖਾਣਾ ਸ਼ੁਰੂ ਕਰ ਲਓ ਮੇਰਾ ਚੈਲੰਜ ਹੈ ਯਾਰ ਜੇ ਤੁਸੀਂ ਉਹਨੇ ਕੈਲਰੀਜ਼ ਟਰੈਕ ਕਰਦੇ ਹੋ ਤੇ ਜੇ ਤੁਸੀਂ 8 ਘੰਟਿਆਂ 'ਚ ਕੈਲਰੀਜ਼ ਜ਼ਿਆਦਾ ਖਾਣ ਲੱਗੇ ਰਿਕੁਆਇਰਮੈਂਟ ਨਾਲੋਂ ਤੁਹਾਡਾ weight ਗੇਨ ਹੋਊਗਾ ਲੂਜ਼ ਨਹੀਂ ਹੋਊਗਾ ਐਂਡ ਹਿਊਮਨ ਬੋਡੀ ਇਜ਼ ਸੋ ਸਮਾਰਟ ਇਟ ਇਜ਼ ਸੋ ਫਲੈਕਸੀਬਲ ਇਹਨੇ ਗੁੱਸਾ ਹੁਣਾ ਉਹਦੇ ਨੂੰ ਐਡਜਸਟ ਕਰ ਲੈਣਾ ਹੈਗਾ ਅਸੀਂ ਕਿਸੇ ਚੀਜ਼ ਦੇ ਵੀ ਐਡਜਸਟ ਹੋ ਸਕਦੇ ਹਾਂ ਹਿਊਮਨ ਮਾਈਂਡ ਹਿਊਮਨ ਬੋਡੀ ਬਹੁਤ ਟੀਟਾ ਤੁਸੀਂ ਦੇਖੋਗੇ ਜਿਹੜਾ ਪੋਲਰ ਬੀਅਰ ਹੈਗਾ ਉਹ ਉੱਥੇ ਹੀ ਰਹਿ ਸਕਦਾ ਪੋਲਸ ਤੇ ਹਿਊਮਨ ਸਿਟੀ ਹੈਗੇ ਉਹਨਾਂ ਨੇ ਕੋਈ ਨਾ ਕੋਈ ਟ੍ਰਿਕ ਲੱਭ ਕੇ ਪੋਲਸ ਤੇ ਵੀ ਰਹਿ ਲੰਦੇ ਹੈਗੇ ਆ ਤੇ ਗਰਮੀਆਂ 'ਚ ਵੀ ਰਹਿ ਲੰਦੇ ਹੈਗੇ ਕਿਸੇ ਨੇ ਰਾਈਟਰ ਦਾ ਨਾਮ ਸੁਣਿਆ ਜੋਵਲ ਨੋਗਾ ਹਰਾਰੀ ਇੱਕ ਕਿਤਾਬ ਹੈਂ ਸੇਟੀਅਨਸ ਬੜੀ ਵਧੀਆ ਕਿਤਾਬ ਆ ਉਹ ਚੋ ਐਕਸਪਲੇਨ ਕਰਦਾ ਜੀ ਇੰਜ ਠੀਕ ਹੈ ਸੋ ਸਾਇੰਟਿਫਿਕ ਕਿਤਾਬਾਂ ਕਾਫੀ ਗੱਲਾਂ ਕੀਤੀਆਂ ਨੇ ਇਸ ਤਰ੍ਹਾਂ ਦੀਆਂ ਉਹ ਚ ਓਕੇ ਫਰਸਟ ਰੂਲੋਂ weight loss ਹੋ ਗਿਆ the fat loss ਇੱਕ ਵੀ ਗੱਲ ਆ ਉਹਨਾਂ ਦਾ अच्छा एदे ਵਿੱਚ ਜਿਹੜੀ ਮੈਂ ਐਗਜ਼ਾਮਪਲ ਲਵਾਂਗਾ ਨਾ ਵੀ ਮੈਂ ਇੱਕ ਫੀਮੇਲ ਦੀ ਲਵਾਂਗਾ ਮੁੰਡੇ ਨਾ ਕਿਉਂਕਿ ਸਾਡੇ ਨਾਲ ਥੋੜਾ ਜਿਹਾ ਬੇਇਨਸਾਫੀ ਕਰਤੀ ਤੁਸੀਂ ਵੀਡੀਓਜ਼ ਦੇਖ ਲਓ ਮੈਂ ਦੱਸ ਦੂੰਗਾ ਕਿਹੜੀ ਦੇਖਣੀ ਹੈ ਉਹਦੇ ਵਿੱਚ ਮੈਂ ਇੱਕ ਮੇਲ ਦਾ ਵੀ ਐਗਜ਼ਾਮਪਲ ਦਿੱਤਾ ਟਾਈਮ ਨਾ ਜ਼ਿਆਦਾ ਨਹੀਂ ਲਵਾਂਗਾ ਜਮ ਅਸੀਂ ਤਾਂ ਕਰਕੇ ਰਾਈਟ ਸੋ ਆਪਣੇ ਜਿਹੜਾ ਆਈਡੀਅਲ weight ਹੈ ਨਾ ਤੁਹਾਡਾ ਆਈਡੀਅਲ weight ਦੇਖ ਲੈ ਸੀ ਨਾ ਚਾਰਟ ਦੇ ਵਿੱਚੋਂ ਆਈਡੀਅਲ ਜਿਹੜਾ weight ਹੈਗਾ ਉਹਨੂੰ ਤੁਸੀਂ ਮਲਟੀਪਲਾਈ ਕਰ ਦੋ 24 ਨਾਲ ਠੀਕ ਹੈ ਸੋ ਫਾਰ ਐਗਜ਼ਾਮਪਲ ਲੈਂਦੇ ਆ 53 ਇੰਚ ਦੀ ਫੀਮੇਲ ਦਾ ਆਈਡੀਅਲ weight 54 ਬਣਦਾ ਰਾਈਟ ਤੁਹਾਡੇ ਜੇ ਇੱਕ ਤਾਂ 53 ਆਪਾਂ ਜੇ ਮਲਟੀਪਲਾਈ ਕੀਤਾ 1296 ਲਗਭਗ 1300 ਕੈਲਰੀਜ਼ ਰਫ ਐਸਟੀਮੇਸ਼ਨ ਹੀ ਹੁੰਦੀ ਹੈ ਸੋ 1300 ਕੈਲਰੀਜ਼ ਜੇ ਉਹ ਖਾਣਾ ਸ਼ੁਰੂ ਕਰਦੇ ਆ ਤਾਂ ਜਿਹੜਾ ਹੈਗਾ weight ਘਟਣਾ ਚਾਹੀਦਾ ਹੈਗਾ ਅੱਛਾ ਹੁਣ ਮੈਂ ਇੱਕ ਥੋੜਾ ਜਿਹਾ ਪੁਆਇੰਟ ਦੱਸ ਦਿੰਨਾ ਜੇ ਤੁਹਾਡਾ weight ਮਤਲਬ ਆਪਣੇ ਆਈਡੀਅਲ weight ਤੋਂ ਬਹੁਤ ਜ਼ਿਆਦਾ ਦੂਰ ਹੈਗਾ ਹੈ ਨਾ ਫਿਰ ਇੰਨੀ ਕੈਲਰੀਜ਼ ਨਾਲ ਤੁਹਾਨੂੰ ਕ੍ਰੇਨਿੰਗ ਹੁੰਦੀਆਂ ਰਹਿਣਗੀਆਂ ਬਿਕੋਜ਼ ਤੁਹਾਡਾ weight ਇੰਨਾ ਜ਼ਿਆਦਾ ਤਾਂ ਗਿਆ ਹੈਗਾ ਬਿਕੋਜ਼ ਤੁਸੀਂ ਕੈਲਰੀਜ਼ ਖਾਂਦੇ ਰਹੇ ਹੋ ਜਾਣੇ ਜਾਂ ਜਾਣੇ ਚ ਇਟ ਇਜ਼ ਨਾਟ ਯਰ ਫਾਲਟ ਫ੍ਰੈਂਕਲੀ ਸਪੀਕਿੰਗ ਬਿਕੋਜ਼ ਯਰ ਮਾਈਂਡ ਹੈਜ਼ ਬੀਨ ਕੰਡੀ ਕਿ ਵੀ ਡ్రਾਈ ਫਰੂਟਸ ਖਾਣੇ ਹੈਲਦੀ ਹੁੰਦੇ ਆ ਪੀਨਟ ਵਾਟਰ ਬਹੁਤ ਹੈਲਦੀ ਹੈਗਾ ਗ੍ਰੀਨ ਟੀ ਚੰਗੀ ਚੀਜ਼ ਹੈ ਸੋ ਗੱਲ ਉਹ ਨਹੀਂ ਹੈਗੀ ਹਨਾ ਉਹ ਕੰਡੀਸ਼ਨਿੰਗ ਇਦਾਂ ਦੀ ਹੋਈ ਹੈ ਇਟ ਇਜ਼ ਦੈਟ ਇਜ਼ ਵਾਈਟ ਬਿਕਮਸ ਡਿਫਿਕਲਟ ਫॉर ਯੂ ਟੂ ਅੰਡਰੀਟ ਕੈਲਰੀਜ਼ ਸੋ ਜੇ ਤੁਹਾਡਾ weight ਮਤਲਬ ਨੇੜੇ ਤੇੜੇ ਹੈ ਹਨਾ 60 65 ਹੈ ਤਾਂ ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਕੈਲਰੀਸ ਨੂੰ ਇਹ ਵਧ ਰੱਖਣੀਆਂ ਪੈਣਗੀਆਂ ਉਹ ਡਿਟੇਲਿੰਗ ਹੈਗੇ ਉਹ ਚ ਫਿਰ ਨਹੀਂ ਆਉਂਦਾ ਹੈਗਾ ਹਨਾ ਵੀ ਕਿਵੇਂ ਆ ਤੇ ਕਿੰਦਾ ਹੁਣ ਜਿਹੜੀ ਸੈਕੰਡ ਪ੍ਰੋਬਲਮ ਸਹੀ ਹੈ ਸਾਡੀ ਕਿਹੜੀ ਸਗੀ ਅੰਡਰੀਟਿੰਗ ਆਫ ਪ੍ਰੋਟੀਨ ਹੁਣ ਹੁਣ ਅਸੀਂ ਸੈ ਇਮ ਮਿਨਿਮਮ ਜਿਹੜਾ ਹੈਗਾ 1 ਗ੍ਰਾਮ ਪਰ ਕਿਜੀ ਆਈਡੀਅਲ ਉਹ ਬਾਡੀ weight ਹੈ। ਹਾਂ ਜਿਹੜਾ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਹਾਈਦਰਾਬਾਦ ਇੰਡੀਆ ਦਾ ਸਰਕਾਰੀ ਜਿਹੜਾ ਹੈਗਾ ਸੰਸਥਾ ਹੈਗੀ ਆ ਉਹ ਕਹਿੰਦੇ ਹੈਗੇ ਆ ਵੀ ਇੱਕ 55 ਕਿਲੋ ਦੀ ਫੀਮੇਲ ਹੈ ਤੇ 60 ਕਿਲੋ ਦਾ ਮੈਨ ਹੈ। ਸਹੀ ਹੈ। ਤਾਂ ਉਹਨਾਂ ਨੂੰ ਕਹਿੰਦੇ ਨੇ ਇੰਨਾ ਖਾਣਾ ਚਾਹੀਦਾ। ਸਾਡੇ ਜਿੰਨੇ ਵੀ ਡਾਕਟਰਸ ਨੇ ਜਿੰਨੇ ਵੀ ਮੈਡੀਕਲ ਫੈਕਲਟੀ ਠੀਕ ਹੈ ਜਿੰਨੇ ਵੀ ਡਾਈਟੀਸ਼ਨਸ ਹੈਗੇ ਸਾਰਿਆਂ ਨੇ ਉਹਨੂੰ ਮਤਲਬ ਮੰਨ ਲਿਆ ਹੈਗਾ ਕਿ ਵੀ ਉਹ ਸਹੀ ਆ ਵੀ 55 ਗ੍ਰਾਮ ਤੋਂ ਬਾਅਦ ਜਾਂ 60 ਗ੍ਰਾਮ ਤੋਂ ਬਾਅਦ ਜੇ ਤੁਸੀਂ ਪ੍ਰੋਟੀਨ ਖਾਓਗੇ ਤੁਹਾਡੇ ਮਗਰ ਕਿੰਨੀ ਸਟੋ ਹਾਇਰ ਇਨ ਪ੍ਰੋਟੀਨ ਇਨਟੇਕ ਐਂਡ ਲੋਅਰ ਇਨ ਕਾਰਬੋਹਾਈਡਰੇਟਸ ਤਾਂ ਉਹ ਕੋ ਗੱਲ ਕਰਦੇ ਨਹੀਂ ਹਾਇਰ ਕਿੰਨਾ ਹੈਗਾ ਉਹ ਹਨ ਤਾਂ ਉਹ ਠੀਕ ਹੈ 1.5 ਗ੍ਰਾਮ ਤੱਕ ਜੇ ਤੁਹਾਡਾ ਗੋਲ ਫੈਟ ਲਾਸ ਹੈਗਾ ਸਟਾਰਟ ਵਿਦ ਐਟ ਲੀਸਟ 1 ਗ੍ਰਾਮ ਪਰ ਕੇਜੀ ਬੋਡੀ weight ਬਟ ਡੋਨਟ ਟਰਾਈ ਟੂ ਓਵਰਸ਼ੂਟ ਸਟ੍ਰਾਈਕ ਫਰਮ ਦ ਸਟਾਰਟ ਤੇ ਬਾਅਦ ਵਿੱਚ ਉਹਨੂੰ 1.5 ਗ੍ਰਾਮ ਤੱਕ ਲੈ ਕੇ ਜਾਓ ਹੁਣ ਜਿਹੜੀ ਗੱਲ ਤੁਸੀਂ 2 ਗ੍ਰਾਮ ਦੀ ਕੀਤੀ ਸੀਗੀ ਉਹ ਵਧੀਆ ਗੱਲ ਆ ਪਰ ਕੋਸ਼ਿਸ਼ ਕਰੋ ਕਿ ਹੌਲੀ ਹੌਲੀ ਵਧਾਓ ਕਿਉਂਕਿ ਮੈਨੂੰ ਮੋਸਟਲੀ ਜਿਵੇਂ ਐਕਸਪੀਰੀਅੰਸ ਮੇਰੇ ਕਲਾਇੰਟਸ ਹੁੰਦੇ ਆ ਮੈਂ ਉਹ ਚ ਲਿਖੀ ਹੁੰਦੀ ਆ ਲਾਈਨ ਕਿ ਵੀ ਪਹਿਲੇ ਦਿਨ ਤੋਂ ਡਾਈਟਸ ਪੂਰੀ ਸਟਾਰਟ ਨਹੀਂ ਕਰਨੀ ਮੀਨ ਬਾਈ ਮੀਨ ਚੇਂਜ ਕਰੋ ਕੁੜਦੇ ਜਾਂਦਾ ਮੈਨੂੰ ਮੋਟੀਵੇਟਡ ਹੁੰਦਾ ਪਤਾ ਨਹੀਂ ਕਿਹੜੀ ਸੰਦੀਪ ਮੇਸ਼ਵਰੀ ਦੀ ਵੀਡੀਓ ਦੇਖੀ ਹੁੰਦੀ ਹੈ ਉਹਨੇ ਤਾਂ ਉਹ ਪਹਿਲੇ ਦਿਨ ਤੋਂ ਹੀ ਮੈਨੂੰ ਪੂਰਾ ਫੁੱਲ ਆਨ ਡਾਈਟ ਤੇ ਆਇਆ ਨੇ ਡਾਕਟਰ ਸਾਹਿਬ ਪੂਰੀ ਅੱਜ ਤੁਸੀਂ ਫਾਲੋ ਕਰਦੀ ਹੈ ਫਿਰ ਮੈਂ ਕਹਿੰਦਾ ਫਿਰ ਡਾਕਟਰ ਸਾਹਿਬ ਇੱਕ ਪ੍ਰੋਬਲਮ ਹੋ ਗਈ ਹੈ ਕਨਸਟਿਪੇਸ਼ਨ ਹੋ ਗਈ ਹੈ ਠੀਕ ਹੈ ਹੋਊਗੀ ਯਾਰ ਤੁਸੀਂ ਆਂਦੇ ਪੂਰੇ ਦਾ ਪੂਰਾ ਡਾਈਟ ਚੇਂਜ ਕਰਦੇ ਤੁਹਾਡੇ ਜਿਹੜੇ ਗੱਟ ਦਾ ਫਲੋਰਾ ਹੈਗਾ ਉਹ ਐਡਜਸਟਡ ਹੀ ਨਹੀਂ ਹੈਗਾ ਉਹਨੂੰ ਡਜੈਸਟ ਕਰ ਨਹੀਂ ਸਕੋ ਟਿਕਟ ਸਲੋ ਦੈਟਸ ਵਾਈ ਸਟਾਰਟ ਕਰੋ ਇੱਥੋਂ ਫਿਰ ਜਾਓ ਇੱਥੇ ਤੇ 2 ਗ੍ਰਾਮ ਪਰ ਕਿਜੀ ਬੋਡੀ weight ਪਰ ਕਿਜੀ ਬੋਡੀ ਆਈਡੀਅਲ weight ਕਹਿ ਸੋ ਸਿੰਪਲ ਚੱਲੀਏ ਇਹਨੂੰ ਆਪਾਂ ਸੋ ਜਾ ਸਕਦੇ ਆ ਉਹਦੇ ਨਾਲ ਥੋੜੀ ਪਰ ਸਲੋਨੀ রাইਟ ਪਰ ਇਹ ਕਿਵਸਚਨ ਆਉਂਦਾ ਕਿ ਬਈ ਵੈਜੀਟੇਰੀਅਨਸ ਤੋਂ ਮਤਲਬ ਪ੍ਰੋਟੀਨ ਪੂਰਾ ਕਰ ਹੀ ਨਹੀਂ ਸਕਤੇ ਹਨ ਐਦਾ ਨਹੀਂ ਹੈਗਾ ਠੀਕ ਹੈ ਕਰਾਂਗੇ ਆਪਾਂ ਪ੍ਰੋਟੀਨ ਪੂਰਾ ਤਾਂ ਇੱਕ ਐਗਜ਼ਾਮਪਲ ਦੇ ਵਿੱਚ ਮਿਨਿਮਮ ਜਿਹੜਾ ਹੈਗਾ 54 ਗ੍ਰਾਮ ਹੈ ਤੇ ਅਪ ਟੂ 81 ਗ੍ਰਾਮ 1 ਡੇ ਗ੍ਰਾਮ ਤੱਕ ਆਪਾਂ ਜਾ ਸਕਦੇ ਮੱਕੀ ਹੌਲੀ ਹੌਲੀ ਜੇ ਉਹ ਫੀਮੇਲ ਵਰਕਆਊਟ ਵੀ ਕਰਨਾ ਸਟਾਰਟ ਕਰਦੀ ਹੈ ਜਿਆਦਾ ਵੈਰੀਟੀ ਹੋਊਗੀ ਨਾ ਤਾਂ ਸਪੋਰਟਸ ਐਥਲੀਟ ਸਪੋਰਟਸ ਪਰਸਨ ਐਥਲੀਟ ਤਾਂ ਫਿਰ ਉਹ 2 ਗ੍ਰਾਮ ਤੱਕ ਵੀ ਜਾ ਸਕਦੇ ਹੈ ਅਰਾਊਂਡ ਆਪਾਂ 100 ਗ੍ਰਾਮ ਤੱਕ ਜਾ ਸਕ अच्छा व्हाई प्रोटीन इज सो इंपॉर्टेंट फॉर फैट लॉस है बड़ी कमाल दी गल है कि ए ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨੇ ਸ਼ਾਇਦ ਦੱਸਣੀ ਆ ਜਾਂ ਕੋਈ ਫਿਟਨੈਸ ਇਨਫਲੂਐਂਸਰ ਜਾਂ ਕੋਈ ਵੀ ਤੁਹਾਨੂੰ ਦੱਸੂਗਾ ਹੰਗਰ ਤੁਸੀਂ ਮੈਂ ਐਗਜ਼ੈਂਪਲ ਦਿੰਨਾ ਉਹ ਨਾ ਵੀ ਦੋ ਲੱਡੂ ਖਾ ਲਓ ਠੀਕ ਹੈ ਛੋਟੇ ਮਲੇ 300 ਕੈਲਰੀ ਹੁੰਦੀਆਂ ਤੇ 100 ਗ੍ਰਾਮ ਤੁਸੀਂ ਪਨੀਰ ਖਾ ਲਓ ਲੱਡੂ ਤੁਸੀਂ ਦੋ ਖਾਣਗੇ ਤੁਸੀਂ ਕਹੋ ਹੋਰ ਆਉਣ ਦਿਓ ਹੋਰ ਆਉਣ ਦਿਓ ਠੀਕ ਹੈ ਤੇ ਜੇ ਤੁਸੀਂ ਪਨੀਰ ਖਾ ਲਿਆ 100 ਗ੍ਰਾਮ ਤੇ ਫਿਰ ਤੁਹਾਨੂੰ ਭੁੱਖ ਹੀ ਨਹੀਂ ਲੱਗੂਗੀ ਨਾ ਤੁਸੀਂ ਇੰਨੀ ਦੇਖਣ ਨੂੰ ਦਿਲ ਨਹੀਂ ਕਰੂਗਾ ਤਾਂ ਮੈਂ ਕਹਿਣਾ ਕਿ ਜਾਨਾ ਜਿਹੜਾ ਕਾਰਬੋਹਾਈਡਰੇਟ ਆ ਕੋਈ ਵੀ ਹਾਂਜੀ ਹਾਂ ਜਰੂਰ ਇਹ ਬਾਤ ਹੋ ਰਹੀ ਹੈ। థాంਕ ਯੂ। ਫਾਈਟ। ਇਸ ਰੋਕ ਨੂੰ ਪਤਾ ਕਰਨੇ ਮੈਨੂੰ 1 ਮਹੀਨਾ ਲੱਗਿਆ ਦਾ। ਪ੍ਰੋਟੀਨ ਸੇ ਹੈਂਗਰ ਸੈਟੀਸਫਾਈ ਹੋਏ ਤੇ ਕਾਰਬੋਹਾਈਡਰੇਟਸ ਨਹੀਂ। ਥੈਂਕ ਯੂ ਸਰ, ਥੈਂਕ ਯੂ। ਚਲੋ ਆਪਾਂ ਕੰਟੀਨਿਊ ਕਰ ਲਈਏ ਨਾ। ਮੈਂ ਹੋਰ ਵੀ ਕੁਐਸਚਨ ਪੁੱਛਾਂਗੀ। ਥੈਂਕ ਯੂ ਸਰ। ਜੀਐਮਸੀ ਜਦੋਂ ਮੈਂ ਪੜ੍ਹਾਉਂਦਾ ਸੀਗਾ ਨਾ ਤੇ ਮੈਂ ਉਦੋਂ ਵੀ ਪੰਜਾਬੀ ਦੀ ਗੱਲ ਕਰਦਾ ਸੀ। ਮਤਲਬ ਵਜਦੀਆਂ ਹੀ ਤਾੜੀਆਂ, ਪਰੌਂਟ ਦੇ ਵਜਦੀਆਂ ਸੀਗਾ ਤੇ ਵਿੱਚ ਵਜਦੀਆਂ ਸੋ ਪ੍ਰਾਊਡ ਵਾਲੀ ਗੱਲ ਹੈਗੀ ਮੇਰੇ ਵੀ। ਐਨੀਵੇਜ਼ ਕੰਟੀਨਿਊ ਕਰੀਏ। ਹੰਗਰ ਮੈਂ ਹੋਰ ਜਲ ਕਰਾਂ ਮੀ ਪ੍ਰੋਟੀਨ ਖਾ ਇਹ ਫਰਕ ਹੈ ਕਿ ਉਹ 6 ਘੰਟੇ ਲਗਭਗ ਲੱਗ ਜਾਂਦੇ ਉਹ ਡਾਈਜੈਸਟ ਹੋਣ ਲਈ ਤੇ ਤੁਸੀਂ ਲੱਡੂ ਖਾਧਾ ਤਾਂ ਮਿੰਟੋ ਮਿੰਟਿਕ ਕਾਰਬੋਹਾਈਡਰੇਟ ਨਾ ਉਹਦੇ ਨਾਲ ਹੈ ਨਾ ਡਾਈਜੈਸਟ ਹੋਇਆ ਬਲੰਡ ਚਾਹ ਉਹਨੇ ਅੰਦਰ ਚਲ ਗਿਆ ਹੋ ਜਾਂਦਾ ਡਿਸ ਦੂਸਰੀ ਗੱਲ ਹਾਇਥਰਮਿਕ ਇਫੈਕਟ ਇਹ ਵੀ ਨਹੀਂ ਪਤਾ ਹੁੰਦੀ ਕਿਸੇ ਨੂੰ ਗੱਲ ਜਦੋਂ ਅਸੀਂ ਕੋਈ ਵੀ ਖਾਣਾ ਖਾਂਦੇ ਆ ਤਾਂ ਉਹਨੂੰ ਡਾਈਜੈਸਟ ਕਰਨ ਲਈ ਵੀ ਸਾਡਾ ਡਾਈਜੈਸਟਿਵ ਸਿਸਟਮ એનર્ਜੀ ਯੂਜ਼ ਕਰਦਾ ਹੈ ਯਾਨੀ ਕਿ ਜਿਹੜੀ ਉਹ ਚ એનર્ਜੀ ਆ ਉਹ ਉਹ ਤੋਂ ਕਹਿ ਲੋ એનર્ਜੀ ਲੈਂਦਾ ਜਾਂ ਉਹ ਤੋਂ ਕੁਝ 파ਟ ਯੂਜ਼ ਕਰਦਾ ਜੇ ਤੁਸੀਂ ਅੱਛਾ ਜੇ ਤਾਂ ਆਪਾਂ ਕੋਈ ਕਰੀਮ ਲਾਣੇ ਆ ਹੱਥ ਤੇ ਤੇ ਕਰੀਮ ਇੱਥੇ ਲ ਯਾਨੀ ਕਿ ਫੈਟ ਨੂੰ ਡਾਈਜੈਸਟ ਕਰਨ ਲਈ ਤੁਹਾਡੀ ਆਲਮੋਸਟ ਜ਼ੀਰੋ એનર્ਜੀ ਲੱਗਦੀ ਹੈ ਜ਼ੀਰੋ ਕਾਰਬੋਹਾਈਡਰੇਟ ਨੂੰ ਡਾਈਜੈਸਟ ਕਰਨ ਲਈ 10% ਉਹਦੀਆਂ ਕੈਲਰੀ ਜਿਹੜੀਆਂ ਹੈਗੀਆਂ ਖਯੂਜ਼ ਹੁੰਦੀਆਂ ਤੇ ਫਾਈਬਰਸ ਕਾਰਬੋਹਾਈਡਰੇਟ ਹੈ ਯਾਨੀ ਕਿ ਸੈਲਡ ਨੂੰ ਥੋੜੀਆਂ 20% ਲੱਗਦੀਆਂ ਪ੍ਰੋਟੀਨ 30% ਆਫ ਦਾ ਕੈਲਰੀਜ਼ ਵਿਚ ਯੂ ਈਟ ਥਰੂ ਪ੍ਰੋਟੀਨ ਆਰ ਯੂਜ਼ਡ ਟੂ ਡਾਈਜੈਸਟ दैट ਪ੍ਰੋਟੀਨ ਸੋ ਥਰਮਿਕ ਇਫੈਕਟ ਬੋਲਦੇ ਹਨ ਇਹਨੂੰ ਸਪੈਸੀਫਿਕ ਡਾਇਨਾਮਿਕ ਐਕਸ਼ਨ ਵੀ ਬੋਲਦੇ ਹੈ ਤੇ ਮੈਂ ਕਹਿਣਾ ਹੁਣਾਂ ਕਿ ਕਿਸੇ ਵੀ ਫਰਜ਼ੀ ਖੁਰਾਕ ਦੇ استاد ਨੂੰ ਇਹ ਗੱਲ ਪਤਾ ਵੀ ਨਹੀਂ ਹੁੰਦੀ ਹਨ ਨੇੜੇ ਤੇੜੇ ਵੀ ਨਹੀਂ ਲ ਹਣਾ ਪਲੀਜ਼ ਮਤ ਖਾਈਏ ਪ੍ਰੋਟੀਨ ਜ਼ਿਆਦਾ ਉਹਦਾ ਇੱਕ ਹੋਰ ਵੀ ਰੀਜ਼ਨ ਹੈ ਜਦੋਂ ਤੁਸੀਂ ਪ੍ਰੋਟੀਨ ਐਡ ਕਰਦੇ ਹੋ ਡਾਈਟ ਤੋਂ ਮਸਲ ਵੇਟ ਗੇਨ ਹੁੰਦਾ ਉਹਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਤਾਂ ਕਈ ਵਾਰੀ ਕੀ ਹੁੰਦਾ ਮੇਰੇ ਕਲਾਇੰਟ ਦਾ ਖੁਦ ਹੈ ਇਦਾਂ ਹੁੰਦਾ ਕਿ ਸਟਾਰਟਿੰਗ ਚ ਪਹਿਲੇ ਹਫਤੇ ਵੇਟ ਵੱਧ ਜਾਂਦਾ ਉਹਨਾਂ ਦਾ ਤਾਂ ਉਹ ਮੈਨੂੰ ਕਹਿੰਦੇ ਸਿਰ ਵੇਟ ਤਾਂ ਵਧ ਗਿਆ ਤੁਸੀਂ ਤਾਂ ਘਟਾਉਣ ਦੀ ਪ੍ਰੋਮਿਸ ਕੀਤੀ ਸੀ ਮੈਂ ਕਹਿੰਦਾ ਵੀ ਦੇਖੋ ਥੋੜਾ ਰੁਕੋ ਸਬਰ ਕਰੋ ਠੀਕ ਹੈ ਵੀ ਵਕਟ ਘਟੂਗਾ ਘਟ ਜਾਂਦਾ ਬਾਅਦ ਵਿੱਚ ਪਰ ਜੇ ਕਿਸੇ ਮਤਲਬ ਫਰਦੀ ਨੂੰ ਹੈਨਾ ਇਹ ਗੱਲ ਜਾਂ ਸੈਲਫ ਪ੍ਰੋਬਲੇਮਡ ਡਾਈਟ ਗੁਰੂ ਇਹ ਕੋਈ ਉਹਨਾਂ ਦਾ ਕਲਾਇੰਟ ਕਹਦੇ ਤਾਂ ਉਹਦਾ ਟੈ ਸੋ ਆਈ ਹੋਪ ਯੂ ਗੈਟ ਮਾਈ ਪੁਆਇੰਟ ਵੀ ਕਿਉਂ ਪ੍ਰੋਟੀਨ ਵਧਾਉਣਾ ਜ਼ਰੂਰੀ ਹੈ ਡਰਨਾ ਨਹੀਂ ਹੈ ਜੇ ਮੀਟ ਵੱਧਦਾ ਬਟ ਇਹ ਨਹੀਂ ਹੈ ਕਿ ਤੁਸੀਂ ਨਾਲ 버거 ਪੀਜ਼ਾ ਵੀ ਖਾਈ ਜਾਓ ਉਹਦੇ ਨਾਲ ਨਹੀਂ ਕੋਈ ਕੁਝ ਆਉਣਾ ਸੋ ਮਸਲਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਅੱਛਾ ਜੇ ਤੁਹਾਡੀ ਮਸਲ ਸਟਰੋਂਗ ਹੈਗੀ ਹੈ ਹਨਾ ਤਾਂ ਤੁਸੀਂ ਐਫਰਟ ਜ਼ਿਆਦਾ ਕਰੋਗੇ ਹਨਾ ਵੋ ਤੁਸੀਂ ਮਤਲਬ ਜੇ ਮਸਲ ਸਟਰੋਂਗ ਹੈ ਉਹ ਕੰਮ ਵੀ ਜ਼ਿਆਦਾ ਕਰ ਸਕਦੇ ਹੋ ਲੈਟਸ ਗੋ ਚਲੋ ਠੀਕ ਹੈ ਵੀ ਮੈਂ ਜਿਮ ਲਾਉਣਾ ਹਨਾ ਤੇ ਮੰਨ ਲਓ ਕਿ ਆ ਮੈਨੂੰ ਖਿਸਕਾਣਾ ਹੈਗਾ ਟਾਈਮ ਨਾਲ ਜੇ ਮੈਂ ਜਸਟ ਇੱਕ ਕਾਊਚ ਪੋਟੈਟੋ ਡਾਕਟਰ ਹੁੰਦਾ ਕਾਊਚ ਪੋਟੈਟੋ ਸਮਝਦੇ ਹੋ ਜਿਹੜਾ ਸਿਰ ਤਾਂ ਪਰ ਮਜੇ ਨਹੀਂ ਆਉਂਦਾ ਉਹ ਮੇਰੀ ਸਟਰੈਂਥ ਵੀ ਨਹੀਂ ਨਹੀਂ ਹੋਈ ਜੇ ਮੇਰੇ ਤੇ ਸਟਰੈਂਥ ਤਾਂ ਹੈਗੀ ਆ ਤਾਂ ਮੈਂ ਇਹਨੂੰ ਖੁਦ ਹੀ ਜਾ ਕੇ ਪਾਸੇ ਕਰ ਸਕਦਾ ਜੇ ਮੰਨ ਲਓ 50 ਕਿਲੋ ਦਾ ਹੈਗਾ ਹਨਾ ਤਾਂ ਵਰਕ ਡਨ ਮੇਰਾ ਜ਼ਿਆਦਾ ਹੋਊਗਾ ਨਾ ਤੇ ਆ ਕਿਲੋ ਚੱਕ ਰਿਆ ਮੈਂ ਫਿਜ਼ਿਕਸ ਪੜ੍ਹੀ ਆ ਸਾਰਿਆਂ ਨੇ ਹਨਾ ਜਿੰਨਾ weight ਜ਼ਿਆਦਾ ਹੋਊਗਾ ਜਿੰਨਾ ਡਿਸਟੈਂਸ ਮੂਵ ਕਰੂੰਗਾ ਉਨਾ ਵਰਕ ਡਨ ਜ਼ਿਆਦਾ ਹੋਊ ਜਿੰਨਾ ਵਰਕ ਡਨ ਜ਼ਿਆਦਾ ਹੋਊਗਾ ਉਨੀਆਂ ਕੈਲਰੀ ਜ਼ਿਆਦਾ ਯੂਜ਼ ਹੋਣੀਆਂ ਤੇ ਕੈਲਰੀ ਹੀ ਤਾਂ ਆਪਾਂ ਵਰਣ ਕਰਨੀਆਂ ਹੈਗੀਆਂ ਠੀਕ ਹੈ ਸੋ ਇਫ ਯੂ ਆਰ ਸਟਰੋਂਗ ਤੁਸੀਂ ਮੂਵ ਜ਼ਿਆਦਾ ਕਰ ਸਕਦੇ ਹੋ ਤੇ ਇੱਕ ਹੋਰ ਗੱਲ ਜੇ ਤੁਹਾਡਾ ਮਸਲ ਮਾਸ ਜ਼ਿਆਦਾ ਜਿਹੜੀ ਮੈਂ ਗੱਲ ਕੀਤੀ ਲੀਨ ਬਾਡੀ ਮਾਸ ਜ਼ਿਆਦਾ ਐਡਰੈਸਟ ਕੈਲਰੀਜ਼ ਬਰਨ ਹੋਣਗੀਆਂ ਤੁਸੀਂ ਕਹਿੰਦੇ ਸੁਣਿਆ ਵੀ ਚਿੱਟਾ ਉੱਥੇ ਕੀ ਨੂੰ ਕਹਿੰਦੇ ਆ ਪੰਜਾਬੀ ਚ ਵੀ ਆ ਮਸ਼ੀਨ ਲਿਆਂਦੀ ਤੇ ਚਿੱਟਾ ਆਥੇ ਮਤਲਬ ਇਸ ਤੇ ਖਰਚਾ ਬਹੁਤ ਹੋ ਰਿਹਾ ਪਰ ਕੰਮ ਕੋਈ ਨਹੀਂ ਲੈ ਰਿਹਾ ਉਸ ਤੋਂ ਮਸਲ ਇਹ ਕਿਆ ਜੀ ਚੀਜ਼ ਹੈ ਤੁਸੀਂ ਜੇ ਮਸਲ ਤੁਹਾਡੀ ਸਟਰੋਂਗਰ ਹੈਗੀ ਹੈ ਨਾ ਜਾਂ ਥੋੜੀ ਵੱਡੀ ਹੈਗੀ ਹੈ ਤਾਂ ਉਹ ਐਡਰੈਸਟ ਕੈਲਰੀਜ਼ ਬਰਨ ਕਰੂਗੀ ਤੁਸੀਂ ਮੰਨ ਲਓ ਡਾਈਟ ਸਹੀ ਲੈ ਰਹੇ ਹੋ ਜਿਮ ਜਾਂਦੇ ਹੋ ਠੀਕ ਹੈ ਮਸਲ ਤੁਹਾਡੀ ਪਹਿਲਾਂ ਨਾਲੋਂ ਵੱਡੀ ਹੋ ਗਈ ਤਬਾਦ ਦੇ ਵਿੱਚ ਤੁਸੀਂ ਆ ਕੇ ਘਰੇ ਰੈਸਟ ਕਰ ਰਹੇ ਹੋ ਸੌ ਰਹੇ ਹੋ ਟੀਵੀ ਦੇਖ ਰਹੇ ਹੋ ਫੋਨ ਤੇ ਗੱਲ ਕਰ ਰਹੇ ਹੋ ਮੂਵੀਜ਼ ਦੇਖ ਰਹੇ ਹੋ ਉਹ ਕੰਮ ਕਰ ਰਹੇ ਹੋ ਮਸਲ ਉੱਥੇ ਹੈਗੇ ਇਟ ਇਜ਼ ਬਰਨਿੰਗ ਕੈਲਰੀਜ਼ ਮੋਰ ਕੈਲਰੀਜ਼ ਦੈਨ ਅ ਪਰਸਨ ਹੂ ਇਜ਼ ਹੈਵਿੰਗ ਲੈਸਰ ਅਮਾਉਂਟ ਆਫ ਮਸਲ ਮਾਸ ਠੀਕ ਹੈ ਸੋ ਇਸ ਕਰਕੇ ਜ਼ਰੂਰੀ ਹੈ ਇਹ ਮੈਂ ਗੱਲਾਂ ਤਾਂ ਕਰ ਰਿਹਾ ਕੋਈ ਇਹ ਗੱਲ ਨਹੀਂ ਦੱਸਦਾ ਕਿ ਉਹ ਤੁਹਾਨੂੰ ਮੋਸਟਲੀ ਪਤਾ ਨਹੀਂ ਹੁੰਦੀਆਂ ਜਦੋਂ ਅਸੀਂ ਕੈਲਰੀਜ਼ ਡ੍ਰੌਪ ਕਰੋਂਗੇ ਨਾ ਆਪਣੇ ਘੱਟ ਖਾਣੀਆਂ ਸ਼ੁਰੂ ਕਰੋਗੇ ਤਾਂ ਪ੍ਰੋਬਲਮ ਕੀ ਆਉਂਦੀ ਹੈ ਕ੍ਰੀਨਿੰਗਸ ਦੀ ਠੀਕ ਹੈ ਤਾਂ ਉਹਨੂੰ ਸੈਟੀਸਫਾਈ ਕਿੰਨਾ ਕਰਨਾ ਐਕਸਟਰਾ ਪੁਆਇੰਟ ਜਿਹੜਾ ਹੈਗਾ ਉਹ ਇੰਪੋਰਟੈਂਟ ਇੱਕ ਦਾ ਵੀ ਸੈਲਡ ਇਨਟੇਕ ਜਿਹੜੀ ਮੈਂ ਗੱਲ ਕੀਤੀ ਸੀ ਟੂ ਸਮਾਲ ਪਲੇਟਸ ਹੈ ਨਾ ਇੱਕ ਮੈਂ ਛੋਟਾ ਜਿਹਾ ਪੁਆਇੰਟ ਇੱਥੇ ਐਡ ਕਰਦਾ ਜਦੋਂ ਅਸੀਂ ਸੈਲਡ ਖਾਣੇ ਹੋ ਨਾ ਤੁਹਾਡਾ ਜਿਹੜਾ ਪੇਟ ਹੈਗਾ ਪੇਟ ਨਾਰਮਲੀ ਕਲਾਪਸਡ ਹੁੰਦਾ ਜਦੋਂ ਖਾਣਾ ਖਾਣੇ ਹੋ ਵੱਡਾ ਹੁੰਦਾ ਜਦੋਂ ਵੱਡਾ ਹੁੰਦਾ ਤਾਂ ਸਟ੍ਰੈਚ ਹੁੰਦਾ ਪੇਟ ਪਰ ਬ੍ਰੇਨ ਵਿੱਚ ਸਿਗਨਲ ਜਾਂਦਾ ਉਹਨੂੰ ਬੋਲਦੇ ਸਟ੍ਰੈਚ ਰਿਫਲੈਕਸ ਹੁਣ ਜੇ ਮੰਨ ਲਓ ਤੁਸੀਂ ਦੋ ਬਰੌਂਟੇ ਆਲੂ ਵਾਲੇ ਤੁਸੀਂ ਖਾ ਲਏ ਇੱਕ ਪਾਸੇ ਇੱਕ ਪਾਸੇ ਤੁਸੀਂ ਸੈਲਡ ਖਾ ਠੀਕ ਹੈ ਸੋ ਦਿਸ ਇਜ਼ ਹਾਊ ਸੈਲਡ ਇਨਟੇਕ ਹੈਲਪਸ ਮੈਂ ਲੱਖਾਂ ਐਗਜ਼ਾਮਪਲ ਦੇ ਸਕਦਾ ਨਹੀਂ ਪਰ ਮੈਂ ਡਿਟੇਲ ਚ ਨਹੀਂ ਆਉਂਗਾ ਡਾਕਟਰ ਸਾਹਿਬ ਵੀ ਗੱਲ ਕਰ ਰਹੇ ਸੀਗੇ ਡਾਕਟਰ ਗਨਰਾਜ ਕੀ ਪਾਣੀ ਨਾ ਪੀਣਾ ਬਹੁਤ ਨਹੀਂ ਪ੍ਰੋਬਲਮ ਹੈ ਹੁਣ ਮੈਂ ਆਪ ਦੀ ਐਗਜ਼ਾਮਪਲ ਇੱਕ ਦੱਸਦਾ ਸਾਡੇ ਮੇਡ ਸੀਗੀ ਉਹ ਕਹਿੰਦੀ ਉਹਦੀ ਨਾ ਹਿਸਟਰੀ ਸੀ ਉਹਦੀ ਕਿਡਨੀ ਪੂਰੀ ਦੀ ਪੂਰੀ ਰਿਮੂਵ ਹੋਈ ਸੀਗੀ ਕਿਉਂ ਕਿਉਂਕਿ ਉਹਦੇ ਸਟੋਨਸ ਬਹੁਤ ਜ਼ਿਆਦਾ ਹੋ ਗਏ ਸੀਗੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਪਾਣੀ ਕਿੰਨਾ ਪੀਂਦੇ ਸੀ ਕਹਿੰਦੀ ਪਾਣੀ ਦਿਨ ਚ ਮਤਲਬ ਇੱਕ ਦੋ ਗਲਾਸ ਬਸ ਠੀਕ ਹੈ ਇੱਕ ਦੋ ਗਲਾਸ ਯਾਰ ਕਮਾਨ ਮਤਲਬ ਮਾੜੀ ਉਹ ਪੂਰੀ ਦੀ ਪੂਰੀ ਕਿਡਨੀ ਰਿਮੂਵ ਹੋ ਗਈ ਸਿਰਫ ਇੱਕ ਬੇਸਿਕ ਗੱਲ ਕਿ ਤੁਸੀਂ ਪਾਣੀ ਇਨਾਫ ਨਹੀਂ ਪੀ ਰਹੇ ਹੋਗੇ ਠੀਕ ਹੈ ਹਮਾ ਇੱਕ ਹੋਰ ਐਗਜ਼ਾਮਪਲ ਦਿੰਦਾ ਜਿਹੜੀ ਕਰੂਡ ਐਗਜ਼ਾਮਪਲ ਹੈਗੀ ਹੈ ਜੇ ਸੀਵਰ ਦੇ ਵਿੱਚ ਕਚਰਾ ਜਾਂਦਾ ਰਹੂਗਾ ਤੁਸੀਂ ਉਹਦੇ ਵਿੱਚ ਪਾਣੀ ਉਹਨੂੰ ਫਲਸ਼ ਆਊਟ ਕਰਨ ਵਾਲੇ ਨਹੀਂ ਪਾਉਂਗੇ ਬਲੌਗ ਹੋਗਾ ਨਾ ਸੀਵਰ ਸਿੰਪਲ ਕਿਡਨੀ ਵੀ ਦਾ ਐਸੀ ਕਰਕੇ ਬਲੌਗ ਹੋਦੀ ਹੈ ਕਿਡਨੀ ਸਟੋਨਸ ਫਿਰ ਅੱਗੇ ਕਿਡਨੀ ਦਾ ਸਿਰੋਸਿਸ ਹੋ ਜਾਂਦਾ ਹੈਗਾ ਇਹ ਸਾਰੇ ਇੱਕ ਸੀਕੁਐਂਸ ਹੈਗਾ ਹੈਨਾ ਉਹਦਾ ਇੱਕ ਫੇਜ਼ ਹੈ ਰਾਈਟ ਅੱਛਾ ਐਸਿਡਿਟੀ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਉਹ ਪਾਣੀ ਘੱਟ ਪੀਣਾ ਹੈਗਾ ਅਜੇ ਪਾਣੀ ਕਈ ਵਾਰੀ ਅੱਛਾ ਇੱਕ ਹੋ ਇੱਕ ਹੋਰ ਪੁਆਇੰਟ ਇਹਦਾ ਇੰਪੋਰਟੈਂਟ ਹੈ ਹੰਗਰ ਤੇ ਥਰਸਟ ਦੀ ਜਿਹੜੀ ਸੈਂਸੇਸ਼ਨ ਹੈਗੀ ਉਹ ਬ੍ਰੇਨ ਚ ਕਿਹੜੀ ਜਗ੍ਹਾ ਤੇ ਹੁੰਦੀ ਹੈ ਕੋਈ ਦੱਸ ਸਕਦਾ ਹੈ ਹਾਂਜੀ ਯੈਸ ਹਾਈਪੋਥੈਲਮਸ ਐਂਡ ਇਟ ਇਜ਼ ਨੋਟੋਰੀਅਸ ਫਾਰ ਮਿਸ ਇੰਟਰਪ੍ਰੀਟਿੰਗ ਦਾ ਹੰਗਰ ਐਂਡ ਥਰਸਟ ਸਿਗਨਲਸ ਸਮ ਟਾਈਮਸ ਯੂ ਆਰ ਓਨਲੀ ਥਰਸਟੀ ਬਟ ਯੂ ਫੀਲ ਕਿ ਵੀ ਹੰਗਰ ਹੋ ਰਿਹਾ ਹੈਗਾ ਤਾਂ ਤੁਸੀਂ ਕੀ ਕਰਦੇ ਹੋ ਖਾਣਾ ਸ਼ੁਰੂ ਕਰ ਦਿੰਦੇ ਮੈਨੂੰ ਭੁੱਖ ਲੱਗੀ ਆ ਥੋੜਾ ਰੁਕੋ ਸੋਚੋ ਮੜਾ ਜੀ ਪਾਣੀ ਵੀ ਇਹ ਦੇਖੋ ਹਨਾ ਦੋ ਗਲਾਸ ਹੁਣ ਮਨ ਲੱਗ ਸਕਦੇ ਆ ਥੋ ਅਦਰ ਵਾਈ ਕਿਹਨੂੰ ਕਿਹਨੂੰ ਲੱਗਦਾ ਹੈ ਜੀ ਗਰਮ ਪਾਣੀ ਨਾਲ weight ਘਟਦਾ ਹੈਗਾ ਮਿੱਥ ਹੈ ਗਿਆ ਬਹੁਤ ਵੱਡੀ ਮਿੱਥਾ ਬਟ ਸਰਦੀਆਂ ਦੇ ਵਿੱਚ ਉਹ ਹੈਲਪਫੁਲ ਹੈ ਜਸਟ ਕੀ ਹੈ ਸੀ ਅਮਾਉਂਟ ਆਫ ਵਾਟਰ ਜਿਹੜੀ ਹੈਗੀ ਉਹ ਵਧਾ ਸਕਦੇ ਸੋ ਗਰਮ ਪਾਣੀ ਸੇ ਕੁਝ ਨਹੀਂ ਹੋਤਾ ਹਨਾ ਮਤਲਬ ਮੈਂ ਹਿੰਦੀ ਵੀਡੀਓਜ਼ ਦੇਖੇ ਆ ਮੇਰੀ ਤੁਸੀਂ ਵੀਡੀਓ ਦੇਖਿਓ ਦੇਖੋ ਕਈ ਵਾਰੀ ਕੀ ਹੁੰਦਾ ਮੈਂ ਮੰਨ ਲਓ ਕਿ ਮੈਂ ਕੋਈ ਗੱਲ ਕਰਾਂ ਮੈਂ ਮਜ਼ਾਕ ਕਰਾਂਗੇ ਕਿਸੇ ਨਾਲ ਜਾਂ ਕਿਸੇ ਨੂੰ ਸਰਕੈਸਟਿਕਲੀ ਬੋਲਾਂ ਤਾਂ ਅਗਲਾ ਕੋਈ ਕਹਿੰਦਾ ਨਹੀਂ ਅਸੀਂ ਉਹਨੂੰ ਫਾਲੋ ਕਰਦੇ ਆ ਉਹਨੇ ਐਦਾਂ ਕਿਹਾ ਸੀਗਾ ਤੇ ਉਹ ਸੱਚ ਬੋਲ ਰਿਹਾ ਬਟ ਵੀਡੀਓਜ਼ ਦੇ ਵਿੱਚ ਉਹ ਮੈਂ ਸਾਇੰਟਿਫਿਕਲੀ ਪ੍ਰੂਵ ਕੀਤਾ ਹੈਗਾ ਤੇ ਇੱਕ ਜਦੋਂ ਤੁਸੀਂ ਕੁਝ ਵੀ ਖਾਣੇ ਹੋ ਨਾ ਤੁਹਾਡੀ ਬਾਡੀ ਉਸ ਪੂਰ ਦਾ ਟੈਂਪਰੇਚਰ ਆਪਣੀ ਬਾਡੀ ਟੈਂਪਰੇਚਰ ਤੇ ਐਡਜਸਟ ਕਰਦੀ ਹੈ ਸੋ ਇਵਨ ਇਫ ਯੂ ਆਰ ਡਰਿੰਕਿੰਗ ਵਾਰਮ ਵਾਟਰ ਤਾਂ ਲੋਕ ਨੂੰ ਲੱਗਦਾ ਇੱਥੇ ਉਹ ਗਰਮ ਹੋ ਰਿਹਾ ਹੈ ਲੋਜਿਕ ਹੀ ਨਹੀਂ ਹੈ ਇਸ ਗੱਲ ਦਾ ਠੀਕ ਹੈ ਸੋ ਵਾਟਰ ਬੱਸ ਪੀਣਾ ਹੈਗਾ ਉਹ ਜੀਰਾ ਵਾਟਰ ਅਜਵਾਇਡ ਵਾਟਰ ਵੀ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਮੈਂ ਨਾ ਜਦੋਂ ਬੁੱਕ ਲਿਖਦੀ ਜ ਮੈਨੂੰ ਆਸ ਨਹੀਂ ਆਈ ਗੱਲ ਦਾ ਬੁੱਕ ਮੈਂ ਜਦੋਂ ਲਿਖਤੀ ਮੈਂ ਕਿਹਾ ਯਾਰ ਵੀ ਕੀ ਮੇਰੇ ਸਰਚ ਕਰਕੇ ਮੈਂ ਬੁੱਕ ਲਈ ਹੈ ਸਾਇੰਸ ਪਿਓਰ ਹੈ ਇਹਦੇ ਵਿੱਚ ਨਹੀਂ ਸੌਖੀ ਲੈਂਗੁਏਜ ਚ ਲਿਖੀ ਹੈ ਮੇਰਾ ਕੰਮ ਹੋ ਗਿਆ ਖਤਮ ਅਸਲੀ ਗੱ ਪਹਿਲਾਂ ਮੈਨੂੰ ਗੁੱਸਾ ਆ ਰਿਹਾ ਵੀ ਯਾਰ ਕੀ ਮਤਲਬ ਇਹੋ ਦਾ ਸਵਾਲ ਪੁੱਛ ਰਹੇ ਨੇ ਨਾ ਪਰ ਬਾਅਦ ਮੈਨੂੰ ਲੱਗਾ ਕਿ ਯਾਰ ਨਹੀਂ ਰੀਅਲ ਪ੍ਰੋਬਲਮ ਹੈ ਕਿਉਂਕਿ ਦੇ ਹੈਵ ਬੀਨ ਮਿਸਗਾਈਡਡ ਬਾਇ ਸੋ ਮਨੀ ਪੀਪਲ ਠੀਕ ਹੈ ਐਂਡ ਆਈ ਹੈਵ ਟੂ ਬਸਟ ਦੈਟ ਮਿਥ ਠੀਕ ਹੈ ਸੋ ਤਾਂ ਕਰਕੇ ਸਲੀਪ ਹਾਂ ਮੈਂ ਕਹਾਂਗਾ ਵੀ 7 ਟੂ 8 ਆਵਰਸ ਦ ਮੋਰ ਯੂ ਸਲੀਪ ਦ ਲੈਸ ਟਾਈਮ ਯੂ ਵਿਲ ਹੈਵ ਟੂ ਖਾਣਾ ਸਤੇ ਤੇ ਬਾਕੀ ਉਹਦਾ ਨਾ ਬਿਲ ਪਾਵਰ ਤੋਂ ਢੀ ਰੀਚਾਰਜ ਹੋ ਜਾਂਦੀ ਹੈ ਇੱਕ ਪਾਸੇ ਰਸਗੁੱਲੇ ਪਏ ਆ ਇੱਕ ਪਾਸੇ ਸੈਲਡ ਪਿਆ ਹੈ ਹੁਣ ਤੁਸੀਂ ਹੀ ਰਸਗੁੱਲੇ ਤੋਂ ਅੱਖ ਹਟਾਣੀ ਐ ਤੇ ਸੈਲਡ ਖਾਣਾ ਹੈਗਾ ਠੀਕ ਹੈ ਬਿਲ ਪ ਜਦੋਂ ਤੁਸੀਂ ਸੁਣਨੇ ਹੋ ਨਾ ਸਹੀ ਤਰੀਕੇ ਨਾਲ ਨੈਪ ਲੈਣੇ ਹੋ ਤਾਂ ਤੁਹਾਡੀ ਵੈਲਪਾਵਰ ਰੀਚਾਰਜ ਹੁੰਦੀ ਹੈ ਇਸੇ ਕਰਕੇ 슬ੀਪ ਜ਼ਰੂਰੀ ਹੈਗੀ ਹੈ ਠੀਕ ਹੈ ਤਾਂ ਆਪਾਂ ਸਟ੍ਰੈਸ ਦੀ ਗੱਲ ਕਰੀ ਜੋ ਕਿ ਉਹਦੇ ਵਿੱਚ ਹਾਰਟ ਅਟੈਕਸ ਦੀ ਵੀ 슬ੀਪ ਕਿੰਨਾ ਵੱਡਾ ਰੋਲ ਅਦਾ ਕਰ ਰਿਹਾ ਕੈਨੇਡਾ ਦੀ ਆਪਾਂ ਗੱਲ ਕਰਦੇ ਆ ਜਾਣਦੀ ਹੈ ਨਾ 16-16 ਘੰਟੇ ਉੱਥੇ ਜਹਾਗਾਂ ਦੇ ਕੰਮ ਕਰਦੇ ਆ ਮਾਪਿਆਂ ਨੇ ਭਾਵੇਂ ਕਰਦਾ ਚੱਕ ਕੇ ਭੇਜਾਵੇ ਉਹਨਾਂ ਨੂੰ ਇਧਰੋਂ ਫੋਨ ਆਉਂਦਾ ਜੀ ਵੀ ਕਿਸ਼ਤ ਆ ਗਈ ਹੈ ਉਹ ਬਚਾਰਾ ਕੰਮ ਕਰੀ ਜਾਂਦਾ ਮਸ਼ੀਨ ਬਣੇ ਹੋਏ ਉਹ ਮੈਂ ਤੁਹਾਨੂੰ ਡਿਸਕਰੇਜ ਨਹੀਂ ਕਰ ਰਿਹਾ ਠੀਕ ਹੈ ਤੁਹਾਨੂੰ ਕੈਨੇਡਾ ਦੀ ਸਰਕਾਰ ਆਪ ਬੁਲਾਉਂਦੀ ਮੈਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਕੋਈ ਲੌਜੀਕ ਆ ਕੋਵਿਡ ਤੋਂ ਪਹਿਲਾਂ ਬਹੁਤ ਕੁਝ ਸੀਗਾ ਹੁਣ ਸਿਚੁਏਸ਼ਨ ਬਹੁਤ ਚੇਂਜ ਹੋ ਚੁੱਕੀ ਹੈ ਮੈਂ ਵੀ ਤੁਹਾਡੇ ਤੇ ਰਿਲੇਟਿਵਜ਼ ਹੋਂਦ ਤੁਸੀਂ ਇਹਨਾਂ ਨੂੰ ਪੁੱਛਿਆ ਹੋਵੇ ਤੇ ਇੱਥੇ ਨਾਲੋਂ ਵੀ ਸਟ्रेस ਜ਼ਿਆਦਾ ਹੈਗਾ ਠੀਕ ਹੈ ਤੇ ਮਤਲਬ ਇੱਥੇ ਤੁਸੀਂ ਰਹਿ ਰਹੇ ਹੈਗੇ ਨਾ ਯੂ ਸ਼ੁਡ ਬੀ ਹੈਪੀ ਅਬਾਊਟ ਇਟ ਆਂਟ ਸੇ ਮੇਰੇ ਕੁਝ ਮੇਰੇ ਪਰਸਨਲ ਐਕਸਪੀਰੀਅੰਸ ਵੀ ਹੈ ਥੈਂਕ ਯੂ ਹਾਂ ਜ਼ਿੰਦਗੀ ਬੜੀ ਵੱਡੀ ਆ ਹਨਾ ਕੰਪੀਟੀਸ਼ਨ ਦੇ ਚੱਕਰ ਦੇ ਵਿੱਚ ਨਾ ਥੋੜੀ ਬੋਦੀ ਨਾ ਫਿਲੋਸਫੀ ਬੜੋ ਮੋਰਲ ਐਜੂਕੇਸ਼ਨ ਲਈ ਆਪਾਂ ਸਿਆਣਿਆਂ ਨਾਲ ਬੈਠੋ ਜਿਹੜੇ ਪਹਿਲਾਂ ਵਾਲੇ ਸੀ ਚੰਗੀਆਂ ਗੱਲਾਂ ਉਹਨਾਂ ਦੇ ਚੱਕੋ ਜ਼ਰੂਰੀ ਨਹੀਂ ਆ ਵੀ ਜਿਹੜੇ ਪੁਰਾਣੀ ਜਨਰੇਸ਼ਨ ਹੋ ਗਏ ਸਾਰੀਆਂ ਗੱਲਾਂ ਵਧੀਆ ਵੀ ਹੁਣ ਬੜਾ ਵਧੀਆ ਗੱਲਾਂ ਪਿਕ ਕਰੋ ਨਵੇਂ ਲੋਕਾਂ ਤੋਂ ਸਿੱਖੋ ਇੱਕ ਗੱਲ ਯਾਦ ਰੱਖਿਓ ਜਿਹੜੀ ਆ ਮੇਰੀ ਟਰਾਂਸਫਰਮੇਸ਼ਨ ਹੋਈ ਸੀਗਾ ਇਹ ਮੇਰੀ ਮੈਂਟਲ ਟਰਾਂਸਫਰਮੇਸ਼ਨ ਸੀਗੀ ਉਸ ਤੋਂ ਬਾਅਦ ਉਹ ਜਿਹੜੀ ਹੈ ਪ੍ਰੈਕਟੀਕਲੀ ਅਪਲਾਈ ਹੁੰਦੀ ਆ ਕਿਸੇ 올ੰਪੀਅਨ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਮਤਲਬ ਉਹਨੇ ਕਾਫੀ ਮੈਡਲ ਦਿੱਤੇ ਸੀ ਮੇਰੇ ਵੀ ਤਿੰਨ ਚਾਰ ਜਿੰਨੇ ਵੀ ਉਹ ਪੁੱਛਿਆ ਗਿਆ ਕਿ ਵੀ ਤੁਸੀਂ ਇਹ ਮੈਡਲ ਕਿੰਨੇ ਆਪਦੀ ਜ਼ਿੰ ਉਹ ਕਹਿੰਦਾ ਹਜ਼ਾਰਾਂ ਮੈਡਲ ਹਜ਼ਾਰਾਂ ਵਾਰੀ ਵੀ ਮੈਨੇਜ ਜਿੱਤੇ ਹੈਗਾ ਉਹ ਕਹਿੰਦਾ ਤੂੰ ਤੁਹਾਡੇ ਦਾ ਤਿੰਨ ਚਾਰ ਮੈਡਲ ਨਹੀਂ ਹਜ਼ਾਰਾਂ ਵਾਰੀ ਕਹਿੰਦਾ ਆਪਣੇ ਮਾਈਂਡ ਦੇ ਵਿੱਚ ਉਹ ਮੈਂ ਪ੍ਰੈਕਟਿਸ ਕੀਤੀ ਉਹਦੀ ਪਹਿਲਾਂ ਆਪਦੀ ਮਾਈਂਡ ਦੇ ਵਿੱਚ ਵੀ ਮੈਂ ਉੱਥੇ ਪਾਰਟਿਸਿਪੇਟ ਕਰ ਰਹਾ ਮੈਂ ਜਾ ਰਿਹਾ ਮੈਂ ਜਿੱਤ ਰਿਹਾ ਹੈਗਾ ਠੀਕ ਹੈ ਉਹਨਾਂ ਨੇ ਆਪ ਡਾਈਟ ਛਾੜਦੇ ਬਈ ਤੇ ਮੈਂ ਬਿਲਕੁਲ ਬੇਸਿਕ ਐਗਜ਼ਾਮਪਲ ਲਊਗਾ ਮੇਬੀ ਤੁਹਾਨੂੰ ਵੀ ਹੋਸਟਲ ਜਿਹਾ ਤੁਸੀਂ ਇੱਥੇ ਡਾਈਟ ਫੋਲੋ ਨਹੀਂ ਕਰਦੇ ਹੋਵਗੇ ਪਰ 80% ਜਿਹੜੇ ਪੰਜਾਬੀ ਹੈਗੇ 80 85% ਮੇਰੀ ਐਸਟੀਮੇਸ਼ਨ ਹੈ ਏਰੀ ਆਪਣੇ ਕਲਾਇੰਟਸ ਤੋਂ ਉਹਨਾਂ ਦੀ ਆਖੀ ਡਾਈਟ ਹੁੰਦੀ ਚਾਰਾਂ ਬਿਸਕਟ ਹੈ ਰੋਟੀ ਨਾਲ ਸਬਜ਼ੀ ਰੋਟੀ ਨਾਲ ਸਬਜ਼ੀ ਵੱਧ ਤੋਂ ਵੱਧ ਇਹ ਆ ਗਈ ਇੱਕ ਠੀਕ ਹੈ ਸੋ ਚਾਹਨਾ ਬਿਸਕਟ ਰੋਟੀ ਤੇ ਦਾਲ ਰਾਤ ਨੂੰ ਵੀ ਹੈ ਨਾ ਮੈਨੂੰ ਕਹਿੰਦੇ ਤੁਸੀਂ ਮੈਨੂੰ ਪ੍ਰੋਟੀਨ ਦਾ ਕੋਈ ਸੋਰਸ ਨਹੀਂ ਲੈਣਾ ਦਾਕਟਰ ਸਾਹਿਬ ਅਸੀਂ ਦਾਲ ਖਾਂਦੇ ਹਾਂ ਮੈਨੂੰ ਕਿ ਹਫ਼ਤੇ ਚ ਕਿੰਨੇ ਵਾਰੀ ਦਾਲ ਖਾਣੇ ਡਾਕਟਰ ਸਾਹਿਬ ਇੱਕ ਦੋ ਵਾਰੀ ਬਣਦੀ ਹੈ ਮੋਸਟਲੀ ਕਿਸੇ ਦੇ ਆਉਂਦੇ ਰੋਜ਼ ਵੀ ਬਣਦੀ ਹੋਊਗੀ ਬੜ ਜੇ ਜੇ ਰੋਜ਼ ਵੀ ਬਣਦੀ ਹੈ ਨਾ ਜੇ ਦਾਲ ਰੋਜ਼ ਵੀ ਬਣਦੀ ਹੈ ਤਾਂ ਤੁਮਕ ਮਾ ਕੇ ਤੁਹਾਡਾ ਪ੍ਰੋਟੀਨ 44 ਗ੍ਰਾਮ ਹੀ ਰਹਿ ਗਿਆ 44 ਗ੍ਰਾਮ ਦਾ ਮਿਨੀਮਮ ਰਿਕੁਆਇਰਮੈਂਟ ਜਿਹੜੀ 1 ਗ੍ਰਾਮ ਪਰ ਜਿਹੜੀ ਬੋਡੀ ਵੇਟ ਉਹ ਵੀ ਖਾਣਾ ਹੋਊਗਾ ਨਾ ਜਾਂ ਕੋਈ ਫਾਸਟ ਫੂਡ ਦਾ ਸ਼ੌਕ ਹੋਵੇ ਉਹ ਉਹ ਤਾਂ ਦੇਖੋ ਕਲੀਅਰ ਹੀ ਆ ਨਾ ਉਹਦਾ ਮਤਲਬ ਐਕਸਪਲੇਨਡ ਆ 셀ਫ ਐਕਸਪਲੇਨਡ ਮੈਂ ਉਹਦਾ ਖਾਣਾ ਨਹੀਂ ਆ ਜਾਂ ਘਟਾਣਾ ਹੈਗਾ ਜਾਂ ਹਫ਼ਤੇ 'ਚ ਇੱਕ ਵਾਰੀ ਕਰੀ ਹਾਂ ਠੀਕ ਹੈ ਫਿਰ ਕੈਲਰੀ ਘਟਾ ਲਓ ਤਾਂ ਹੁਣ ਦੇਖਿਓ ਤੁਸੀਂ ਮੈਂ ਇਸੇ ਡਾਈਟ ਨੂੰ ਚੇਂਜ ਕਰੂੰਗਾ ਹਲਕਾ ਹਲਕਾ ਪ੍ਰੋਟੀਨ ਆਪਾਂ ਜਿੰਨਾ ਟਾਰਗੇਟ ਸੀਗਾ ਉੱਥੇ ਲਿਆਵਾਂਗੇ ਕੈਲਰੀਜ਼ ਘਟਾ ਲਾਂਗੇ ਰਾਈਟ ਤੁਸੀਂ ਦੇਖੋ ਮੈਂ ਚੇਂਜ ਕੀ ਕੀਤਾ ਮੈਂ ਇੱਥੇ ਪਨੀਰ ਪੁਰਜੀ ਐਡ ਕੀਤੀ ਆ ਠੀਕ ਆ ਪਨੀਰ ਜਿਹੜਾ ਨਾਰਮਲ ਪਨੀਰ ਜਿਹੜਾ ਬਾਹਰੋਂ ਹੁੰਦਾ ਇੱਕ ਇਹਦਾ ਬੈਟਰ ਵਰਜ਼ਨ ਵੀ ਹੈਗਾ ਹੋਮ ਮੇਡ ਸੈਂਡ ਫ ਜਿਹੜਾ ਘਰੇ ਆਪਣਾ ਦੁੱਧ ਆਉਂਦਾ ਹੈ ਨਾ ਉਹ ਚੋਂ ਮਲਾਈ ਲਾਤੀ ਘਰੇ ਉਹਦਾ ਪਨੀਰ ਬਣਾ ਲਿਆ ਥੋੜਾ ਜਿਹਾ ਹਾਰਡ ਹੁੰਦਾ ਹੈਗਾ ਹੁਣ ਮੈਂ ਦੁਪਹਿਰੇ ਕੀ ਕੀਤਾ ਹੈਗਾ ਸਬਜ਼ੀ ਰਿਪਲੇਸ ਕਰਤੀ ਸੋਇਆ ਚੰਕਸਿਆਂ ਸੋਇਆ ਚੂਰਾ ਨਾਲ ਹੁਣ ਇਹਦੇ ਬਹੁਤ ਸਾਰੇ ਮਿਥਸ ਹੈਗੇ ਆ ਵੀ ਜਿਹੜੀ ਸੋਇਆਬੀਨ ਹੈਗੀ ਆ ਤੁਹਾਡੇ ਹਾਰਮੋਨ ਉੱਪਰ ਥੱਲੇ ਕਰ ਦਿੰਦੀ ਆ ਠੀਕ ਹੈ ਇਸ ਤਰ੍ਹਾਂ ਦਾ ਬਈ ਕੁਝ ਨਹੀਂ ਹੈਗਾ ਇਹ ਮਿਥਸ ਨੇ ਪਿਛਲੇ 20 ਸਾਲ ਤੋਂ ਇੱਕ ਸਟੱਡੀ ਚੱਲ ਰਹੀ ਹੈ ਮੈਨੂੰ ਕਿਸੇ ਨੇ ਸਪੈਸਿਫਿਕ ਕੁਐਸਚਨ ਪੁੱਛਿਆ ਸੀ ਐਮ ਐਸ ਸੀ కెਮਿਸਟਰੀ ਕੀਤੀ ਸੀ ਮੇਰੇ ਉਸ ਕੋਲ ਇੰਨੇ ਤੇ ਉਹਨਾਂ ਨੂੰ ਮੈਂ ਸਾਰਾ ਰਿਸਰਚ ਕਰਕੇ ਆਨਸ ਸੂਰਸਸ ਫੂਲ ਸੋਰਸਸ ਚੋ ਲੈਣੇ ਹੈਗੇ ਹੋ ਤੁਹਾਡੇ ਹਾਰਮੋਨਸ ਉਪਰਸਲੇ ਨਹੀਂ ਹੋਣ ਲੱਗੇ ਚਾਹੇ ਸਾਰੀ ਉਮਰ ਖਾਈਓ ਠੀਕ ਹੈ ਸੋ ਮੈਂ ਇਥੇ ਆਪਣੇ ਦਿਮਾਗ ਚੋਂ ਪੜਦੇ ਪਲੀਜ਼ ਲੈਕਚਰ ਦੌਰਾਨ ਮੈਂ ਇੱਕ ਪੁਆਇੰਟ ਮਿਸ ਕਰ ਗਿਆ ਸੀਗਾ ਕਿ ਸਲਿਮ ਐਂਡ ਸਟਰੋਂਗ ਰੋਟੀ ਕੀ ਹੁੰਦੀ ਹੈ ਇਹ ਦੱਸਣਾ ਸਲਿਮ ਐਂਡ ਸਟਰੋਂਗ ਰੋਟੀ ਘਰ ਦੀ ਰੋਟੀ ਹੈ ਬਸ ਇਹ ਵੀ ਉਹਦੇ ਵਿੱਚ ਕੋਈ ਇਹ ਜਿਹਾ ਆਟਾ ਮਿਲਾਇਆ ਜਿਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੈਗਾ ਸੋ ਉਹ ਜਿਹੜਾ ਹੈਗਾ ਬੇਸਣ ਵੀ ਹੋ ਸਕਦਾ ਦਾਲ ਦਾ ਆਟਾ ਹੋ ਸਕਦਾ ਜਾਂ ਸੋਇਆਬੀਨ ਦਾ ਆਟਾ ਹੋ ਸਕਦਾ ਤਾਂ ਆਮ ਤੌਰ ਤੇ ਬੇਸਣ ਘਰੇ ਸੌਖਾ ਮਿਲ ਜਾਂਦਾ ਸੋ ਜੇ ਤੁਸੀਂ ਦੋ ਹਿੱਸੇ ਕਣਕ ਦੇ ਆਟੇ ਦੇ ਲੈਨੇ ਹੋ ਤੇ ਇੱਕ ਹਿੱਸਾ ਬੇਸਣ ਦੇ ਆਟੇ ਦਾ ਲੈਨੇ ਹੋ ਤਾਂ ਉਸ ਤਰ੍ਹਾਂ ਦੇ ਆਟੇ ਨਾਲ ਰੋਟੀ ਬਣਾਉਂਦੇ ਆ ਤਾਂ ਉਹਨੂੰ ਤੁਸੀਂ ਸਲਿਮ ਐਂਡ ਸਟਰੋਂਗ ਰੋਟੀ ਕਹਿ ਸਕਦੇ ਆ ਆਮ ਰੋਟੀ ਨਾਲੋਂ ਦੇ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਇੱਕ ਫੈਟ ਫ੍ਰੀ ਕर्ड ਕਰਦੀ ਮੈਂ ਕੁਛ ਨਹੀਂ ਹੰਗ ਕर्ड ਸੋਣਿਆ ਹਲਕੜ ਇੱਕ ਤਾਂ ਦਹੀਂ ਘਰੇ ਜਵਾਉਨੇ ਆ ਬਸ ਉਹ ਚ ਪਾਣੀ ਘੜ ਦੋ ਜਿਹਨੂੰ ਉਹ ਇੰਗਲਿਸ਼ ਵਿੱਚ ਯੋਗਰਟ ਬੋਲੇ ਗ੍ਰੀਕ ਯੋਗਰਟ ਰਾਈਟ ਕੁਛ ਨਹੀਂ ਉਹ ਘਰੇ ਵੀ ਬਣਾ ਸਕਦੇ ਤੁਸੀਂ ਕੋਈ ਔਖਾ ਕੰਮ ਨਹੀਂ ਹੈ ਤਾਂ ਲਾਸਟ ਦੇ ਮੈਂ ਦਾਲ ਜਿਹੜੀ ਆ অলਮੋਸਟ ਸੇਮ ਹੀ ਆ ਸੋ ਚੇਂਜਸ ਕੀ ਕੀਤੇ ਆ ਬਹੁਤ ਕੁਛ ਖਾਸ ਨਹੀਂ ਹੈ ਇਹ ਦੇਖੋ ਸਿਰਫ ਇੱਕ ਇਹ ਹੈ ਵੀ ਮੈਂ 슈ਗਰ ਘਟਾਈ ਹੈ ਇਹ ਚੋਂ 1/2 tsp ਕਰਤੀ ਹੁਣ 슈ਗਰ ਫ੍ਰੀ ਬਾਰੇ ਵੀ ਬਹੁਤ ਗੱਲਾਂ ਹੋ ਸਕਦੀਆਂ ਨੇ ਆਈ ਊਡ ਸੇ ਕਿ ਉਹ ਟੋਟਲੀ ਸੇਫ ਹੈ ਬਟ ਆਈ ਊਡ ਨਾਟ ਰეკਮੈਂਡ ਕਿ ਤੁਹਾਨੂੰ ਯੂਜ਼ ਕਰਨੀ ਉਣਾ ਮੈਂ ਕਿਉਂ ਕਹਿ ਰਿਹਾ ਗੱਲਾਂ ਇਹ ਕਿਉਂਕਿ ਮੈਂ ਉਹ ਚੇਂਜਸ ਦੱਸ ਰਿਹਾ ਜਿਹੜੇ ਵਿਜ਼ੀਬਲ ਹੈਗੇ ਹਨ ਨਾ ਬਾਕੀ ਇੰਡੀਪੈਂਡੈਂਡ ਕਰਦਾ ਮੈਂ ਸਟਾਰਟਿੰਗ ਪੁਆਇੰਟ ਬਹੁਤ ਵਧੀਆ ਹੈ ਠੀਕ ਹੈ ਤੇ ਪ੍ਰੋਟੀਨ ਆਪਾਂ ਥੋੜਾ ਜਿਹਾ ਵਧਾ ਲਿਆ ਕਿੰਨਾ ਆ ਗਿਆ 76 ਗ੍ਰਾਮ ਦੇ ਅਰਾਊਂਡ ਹੈ ਨਾ ਲਗਭਗ ਪਹੁੰਚ ਗਏ ਆ ਤੇ ਜੇ ਫੈਟ ਫ੍ਰੀ ਪਨੀਰ ਕਰ ਲਓਗੇ ਪੂਰਾ ਹੀ ਪਹੁੰਚ ਜਾਓ ਇੰਡਾਈਟ ਕਿੰਨੀ ਕਿੰਨੀ ਕੁ ਫਾਲੋ ਕਰਨੀ ਓਕੇ ਕਿ ਇਹਦੇ ਵਿੱਚ ਕੋਈ ਗਰੰਟੀ ਹੈਗੀ ਆ ਪੋਹਾ ਹੈ ਨਾ ਇਹਦੇ ਵਿੱਚ ਨਹੀਂ ਹੈਗਾ ਨਾ ਹਨ ਮੈਂ ਬੋਲ ਰਿਹਾ ਕਿਹੜੇ ਲੋਸੇ ਹੈਗੇ ਆ ਇਹਦੇ ਵਿੱਚ ਜਿਹੜੇ ਕਿ ਕਾਮਨ ਨਹੀਂ ਮਤਲਬ ਪ੍ਰੈਸਕ੍ਰਾਈਬ ਕੀਏ ਜਾਂਦੇ ਹਨ ਬਹੁਤ ਸਾਰੇ ਡਾਈਟਿਸ਼ਨਸ ਦੇ ਦੌਰਾਨ ਨਹੀਂ ਹੈਗਾ ਨਾ ਠੀਕ ਹੈ ਤਾਂ ਇਹ ਅਨ ਜੀਰਾ ਔਰਡਰ ਅਜ ਮੈਂ ਔਰਡਰ ਹੈ ਕੁਛ ਐਦਾਂ ਦਾ ਕੁਝ ਵੀ ਨਹੀਂ ਹੈ ਠੀਕ ਹੈ ਕੀ ਇਹਦੇ ਵਿੱਚ ਲੌਜੀਕ ਹੈ ਸਿੰਪਲ ਸਾਇੰਸ ਹੈ ਠੀਕ ਹੈ ਨੂੰ ਤੁਸੀਂ ਐਨਾ ਕੰਪਲੈਕਸ ਕਰ ਰੱਖਿਆ ਮੈਂ ਜਸਟ ਗੱਲ ਕਰ ਰਿਹਾ ਇਹ ਗੱਲ ਮੈਨੂੰ ਪਤਾ ਕਿਉਂ ਸ਼ਾਇਦ ਤੁਹਾਨੂੰ ਲੱਗ ਰਿਹਾ ਮੇਰੀ ਗੱਲ ਤੇ ਗੁੱਸਾ ਆ ਰਿਹਾ ਗੁੱਸਾ ਰਿਹਾ galeve ਇੱਕ ਸਾਇੰਟਿਫਿਕ ਗੱਲ ਨਹੀਂ ਗਈ ਹੈ ਕੋਈ ਬੰਦਾ ਹੁੰਦਾ ਪਤਾ ਨਹੀਂ ਕਿੱਥੋਂ ਰੈਫਰੈਂਸ ਲੈ ਕੇ ਆਉਂਦਾ ਹੁੰਦਾ ਕੋਈ ਪ੍ਰੂਫ ਨਹੀਂ ਕੋਈ ਰਿਸਰਚ ਨਹੀਂ ਕੋਈ ਸਟੱਡੀ ਨਹੀਂ ਹੈ ਨਾ ਕੋਈ ਉਹਦਾ ਪ੍ਰੈਕਟੀਕਲ ਐਪਲੀਕੇਸ਼ਨ ਨਹੀਂ ਬਸ ਉਹ ਗੱਲਾਂ ਕਰਨੀਆਂ ਆਉਂਦੀਆਂ ਉਹ ਗੱਲਾਂ ਦਾ ਕੜਾ ਬਣਾਵਣਾ ਦੇ ਦੇ ਜਾਂਦੇ ਸਨ ਹੈ ਨਾ ਤੇ ਅਸੀਂ ਖਾ ਰਹੇ ਹੁੰਦਾ ਹੁੰਦਾ ਕਾਫੀ ਹੁੰਦਾ ਆਈ ਥਿੰਕ ਵੀ ਆਰ ਡਨ ਵਿਦ ਥਿਸ ਐਸ ਇਟ ਇਜ਼